अत प्यारी साधु संग नानक जस गायो जो प्रभ की अत प्यारी सतनाम वाहिगुरु साहिब जीओ राग बिलावल महला पंजवा घर दूजा यानड़िए कै घर गावना एक ओंकार सतगुर प्रसाद मैं मन तेरी टेक प्यारे मैं मन तेरी टेक अवर स्यानपां बिरथियां प्यारे राखन को तुम एक रहाओ सतगुर पूरा जे मिले प्यारे सो जन होत निहाला गुर की सेवा सो करे प्यारे जिसनु होए दयाला सफल मूर्त गुर देओ स्वामी सर्व कला पर पूरे नानक गुर पार ब्रह्म परमेश्वर सदा सदा हजूरे सफल मूर्त गुर देओ स्वामी सर्व कला पर पूरे नानक गुर पार ब्रह्म परमेश्वर सदा सदा हजूरी वाहिगुरु जी का खालसा वाहिगुरु जी की फतेह माया मोह विच भुल्ले भटके मन नूं सतगुरु जी ने कीर्तन की दात बख्शिश की गुरु प्यार वाले पातशाह भाई नवजीत सिंह जी उन्हें बड़े प्यार सत्कार नाल अमृतमणि पाणी का कीर्तन सानू सरवण करवाया ऐसी प्रीत करो मन मेरे आठ पहर प्रभ जानो नेरे सतगुरु कृपा करे ये गावे सुने बचन साढ़े हिरदे च वस जाण जीवन सफल कर सकीए विचारां वाले पासे नूं आईए अज दा गुरवाक सतगुरु जी ने जो लड़ी बार कथा विचों बख्शिश कीता है उहदे विच सानूं जीवन की एक बड़ी तत् भरी ते बड़ी जरूरी बात सतगुरु जी ने समझाई है हर एक चीज़ जिहड़ी दुनिया की आप देखते हैं किसी ना किसी सहारे ते खलोती है किसी ना किसी आसरे ते है जिहड़ा आसरा जितना बलवान होएगा उहदे जीवन विच उतनी ही अडोलता होगी जिहड़ा सहारा जितना कमज़ोर होएगा उदे जीवन विच उतनी ही ज़्यादा डोलन वाला पक होएगा कड़ी कड़ी डोलता रहेगा सहारे तो आपां भी तकने हैं पर साडे सहारे बड़े कमज़ोर ने क्योंकि साडी सोच बड़ी सीमित है सीमित सोच नाल असी जिन्ना को अपना चुगरदा वेखने हैं उतने कु विचों टेक आसरे सहारे लैण की कोशिश करते हैं पर जदों असी गुरु कोलों ने गुरु जी सानू बड़ी मिठी प्यारी एक सूझ बख्शिश करते हैं नहीं टेक ओदी लै जिन्हों अगे किसी की टेक ना लेनी पवे सहारा ओदा लै उदे आसरे जीओ जेड़ा अगे किसी दे आसरे ते ना होवे
ਕਿਤੇ ਐਸਾ ਨਾ ਹੋਵੇ ਮੈਂ ਉਹਦਾ ਸਹਾਰਾ ਲੈ ਲਾਂ, ਉਹ ਅੱਗੇ ਹੋਰ ਦਾ ਸਹਾਰਾ ਲਈ ਬੈਠਾ ਹੋਵੇ। ਨਹੀਂ, ਗੁਰਬਾਣੀ ਵਿੱਚ ਜ਼ਿਕਰ ਆਇਆ ਵੀ ਜਿਹੜੇ ਮਨੁੱਖ ਨੇ ਸੁੱਖ ਮੰਨਣਾ ਹੈ ਤਾਂ ਉਹਨੂੰ ਬਹੁਤ ਜ਼ਰੂਰੀ ਵੀ ਆਪਣੀ ਟੇਕ ਆਸਰਾ ਪੱਕਾ ਕਰੇ। ਜਿਨ੍ਹਾਂ ਨੇ ਆਸਰਾ ਬਣਾਇਆ ਉਹਨਾਂ ਦਾ ਜ਼ਿਕਰ ਹੈ, ਰੋਜ਼ ਪੜ੍ਹਦੇ ਹੋਵੋਗੇ ਤੁਸੀਂ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੀ, ਜਨ ਨਾਨਕ ਨਾਮ ਆਧਾਰ ਟੇਕ ਹੈ। ਟੇਕ ਦਾ ਅਰਥ ਹੁੰਦਾ ਸਹਾਰਾ। ਹਰ ਨਾਮੇ ਹੀ ਸੁੱਖ ਮੰਡਾ ਹੀ, ਕਹਿੰਦੇ ਮੈਂ ਤਾਂ ਇਹਦੇ 'ਚੋਂ ਸਰੀਰ ਸੁੱਖ ਪਾਇਆ। ਮਨੁੱਖ ਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਰੱਬ ਨਹੀਂ ਦਿਸਦਾ, ਉਹਨੂੰ ਬੰਦਾ ਦਿਸਦਾ ਹੈ। ਇਸ ਲਈ ਉਹ ਸਹਾਰਾ ਜਿਹੜਾ ਨਾ ਉਹ ਬੰਦਿਆਂ ਦਾ ਤੱਕਣ ਲੱਗ ਪੈਂਦਾ। ਹੁਣ ਗੁਰੂ ਜੀ ਨੇ ਦੇਖੋ ਕਿੱਡੇ ਵੱਡੇ ਪਰਮ ਭੁਲੇਖਿਆਂ 'ਚੋਂ ਸਾਨੂੰ ਕੱਢਿਆ ਹੋਇਆ। ਤਰਜੀ ਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਏ ਹੈ ਕਾਰਜ ਆਵੇ ਰਾਸ। ਮਾਨੁਕੀ ਟੇਕ ਬਿਰਥੀ ਸਭ ਜਾਨ, ਜਿਤਨੀ ਵੀ ਟੇਕ ਤੂੰ ਮਨੁੱਖਾਂ ਦੀ ਲੈਂਦਾ ਇਹ ਸਾਰੀ ਬਿਰਥੀ ਹੈ। ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾ ਕੇ ਆਏ, ਮਾਰੇ ਰੱਖੈ ਇੱਕੋ ਆਪ। ਉਹਦੀ ਟੇਕ ਲੈ ਜਿਹਦੇ ਹੱਥ ਵਿੱਚ ਸਾਰਾ ਕੁਝ ਹੈ। ਜਿਹੜਾ ਬੰਦਾ ਇਹ ਟੇਕ ਸਮਝ ਲੈਂਦਾ ਨਾ, ਗੱਲ ਨੂੰ ਸਮਝ ਲੈਂਦਾ ਹੈ, ਉਹ ਕਦੇ ਕੁਛ ਦੇਣ ਲੱਗਿਆਂ ਵੀ ਅਤੇ ਕਦੇ ਕੁਛ ਲੈਣ ਲੱਗਿਆਂ ਵੀ ਹੰਕਾਰ ਨਹੀਂ ਕਰਦਾ, ਉਹ ਭਟਕਦਾ ਨਹੀਂ ਹੈ। ਇੱਕ ਬਹੁਤ ਵੱਡਾ ਦਾਨੀ ਪੁਰਖ ਸੀ, ਉਹਨੇ ਹਰ ਰੋਜ਼ ਲੋਕਾਂ ਨੂੰ ਕੁਛ ਨਾ ਕੁਛ ਦੇਣਾ, ਪਰ ਉਹਨੇ ਦੇਣਾ ਅਜੀਬ ਢੰਗ ਨਾਲ, ਜਿਵੇਂ ਆਪ ਕਮਰੇ ਦੇ ਅੰਦਰ ਬੈਠ ਜਾਣਾ ਅਤੇ ਉਹਨੇ ਛੋਟੀ ਜਿਹੀ ਖਿੜਕੀ ਬਣਾਈ ਹੋਈ ਸੀ, ਉਸ ਖਿੜਕੀ ਵਿੱਚੋਂ ਸਿਰਫ ਹੱਥ ਬਾਹਰ ਕੱਢਣਾ, ਇਹ ਕੋਸ਼ਿਸ਼ ਕਰਨੀ ਮੈਂ ਵੀ ਕਿਸੇ ਦਾ ਚਿਹਰਾ ਨਾ ਵੇਖਾਂ ਅਤੇ ਕੋਈ ਮੇਰਾ ਵੀ ਨਾ ਵੇਖੇ, ਕੱਲ੍ਹ ਕਿਤੇ ਅਸੀਂ ਮਿਲੀਏ ਇੱਕ ਦੂਜੇ ਤੋਂ ਸ਼ਰਮਿੰਦੇ ਨਾ ਹੋਈਏ। ਇੱਕ ਅਚਾਨਕ ਉਹ ਰੋਜ਼ ਮੰਗਦੇ ਨੇ ਲੋਕ, ਉਹ ਖਿੜਕੀ ਦੇ ਕੋਲ ਦੀ ਲੰਘਦੇ ਨੇ, ਹੱਥ ਕਰਦੇ ਨੇ, ਹੱਥਾਂ ਨੂੰ ਟੋਹਦਾ ਹੈ, ਟੋਹ ਕੇ ਵਿੱਚ ਕੁਛ ਨਾ ਕੁਛ ਰੱਖ ਦਿੰਦਾ। ਇੱਕ ਦਿਨ ਅਚਾਨਕ ਇੱਕ ਫਕੀਰ ਆ ਗਿਆ, ਉਹਨੇ ਵੇਖਿਆ ਤਾਂ ਬੜੀ ਹੈਰਾਨਗੀ ਹੋਈ, ਹੁਣ ਉਹ ਹੱਥ ਨਾਲ ਬਾਹਰ ਟੋਹਦਾ ਹੈ, ਵੇਖਦਾ ਵੀ ਇਹਦਾ ਹੱਥ ਕਿੱਥੇ ਕਿ, ਪਰ ਹੱਥ ਨਾ ਲੱਭਿਆ। ਅਤੇ ਉਹਨੇ ਆਖਿਰਕਾਰ ਚਿਹਰਾ ਟੇਢਾ ਕਰਕੇ ਖਿੜਕੀ ਦੇ ਵਿੱਚੋਂ ਦੀ ਦੇਖਿਆ ਵੀ ਬੰਦਾ ਵੀ ਖੜ੍ਹਾ ਹੈ ਪਰ ਹੱਥ ਵੀ ਨਹੀਂ ਕਰ ਰਿਹਾ। ਸਾਹਮਣੇ ਦੇਖ ਕੇ ਹੈਰਾਨ ਹੋਇਆ, ਕੋਈ ਫਕੀਰ ਖਲੋਤਾ ਰੱਬ ਦੇ ਪਿਆਰ ਵਿੱਚ। ਕਹਿਣ ਲੱਗੇ ਦੱਸੋ ਕੋਈ ਸੇਵਾ, ਕਹਿਣ ਲੱਗੇ ਸੇਵਾ ਕੋਈ ਨਹੀਂ, ਮੈਂ ਕੁਛ ਮੰਗਣ ਨਹੀਂ ਆਇਆ, ਮੈਨੂੰ ਤਾਂ ਇੱਕ ਸਵਾਲ ਪਰੇਸ਼ਾਨ ਕਰਦਾ, ਮੈਂ ਉਹ ਪੁੱਛਣ ਆਇਆ। ਕਹਿਣ ਲੱਗੇ ਕੀ ਸਵਾਲ ਹੈ? ਕਹਿਣ ਲੱਗੇ ਮੈਂ ਅੱਜ ਤੱਕ ਦੇਖਿਆ ਵੀ ਜਿਹੜਾ ਕੁਛ ਦਿੰਦਾ ਹੈ ਨਾ, ਅਤੇ ਉਹਦੀਆਂ ਅੱਖਾਂ ਬੜੀਆਂ ਉੱਚੀਆਂ ਹੁੰਦੀਆਂ ਨੇ, ਹੰਕਾਰੀ ਹੁੰਦਾ, ਅਤੇ ਤੂੰ ਆਪਣੇ ਆਪ ਨੂੰ ਲੁਕੋ ਕੇ, ਜਿਹਨੇ ਕੁਛ ਦਿੱਤਾ ਹੋਵੇ ਉਹ ਤਾਂ ਆਪਣਾ ਨਾਂ ਲਿਖਾ ਦਿੰਦਾ ਦੀਵਾਰਾਂ 'ਤੇ ਵੀ ਮੇਰੇ ਮਰਨ ਤੋਂ ਬਾਅਦ ਵੀ ਲੋਕ ਪੜ੍ਹਦੇ ਰਹਿਣ, ਅਤੇ ਤੂੰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਵੀ ਮੈਂ ਆਪਣਾ ਚਿਹਰਾ ਛੁਪਾ ਕੇ ਕੁਛ ਦੇਵਾਂ, ਇਹ ਕੰਮ ਏਡਾ ਵਧੀਆ ਚੰਗਾ ਕਰਨਾ, ਤੂੰ ਆਪਣੇ ਆਪ ਨੂੰ ਛੁਪਾਉਂਦਾ ਕਿਉਂ ਹੈ? ਉਸ ਅਮੀਰ ਬੰਦੇ ਨੇ ਬੜੀ ਗਜਬ ਦੀ ਇੱਕ ਜਵਾਬ ਦਿੱਤਾ ਸੀ, ਬਹੁਤ ਗਜਬ ਦਾ ਜਵਾਬ ਦਿੱਤਾ ਸੀ। ਫਕੀਰ ਦਾ ਸਵਾਲ ਸੀ, ਕਹਿਣ ਲੱਗੇ ਸਿੱਖੇ ਕਹਾਂ ਤੋਂ ਸ਼ੇਖ ਜੀ, ਜੇ ਸ਼ੇਖ ਤੂੰ ਇਹ ਗੱਲ ਕਿੱਥੋਂ ਸਿੱਖਿਆ? ਸਿੱਖੇ ਕਹਾਂ ਤੋਂ ਸ਼ੇਖ ਜੀ, ਐਸੀ ਦੇਣੀ ਦੇਣ, ਜਿਉਂ ਜਿਉਂ ਕਰ ਉੱਚਾ ਉੱਠੈ ਤਿਉਂ ਤਿਉਂ ਨੀਚੇ ਨੈਣ। ਜਿਵੇਂ ਜਿਵੇਂ ਤੇਰਾ ਹੱਥ ਬਹੁਤਾ ਦਾਨ ਕਰਦਾ ਜਾਂਦਾ ਹੈ ਤਿਉਂ ਤਿਉਂ ਤੇਰੀ ਅੱਖਾਂ ਸ਼ਰਮਿੰਦੀਆਂ ਕਿਉਂ ਹੁੰਦੀਆਂ ਨੇ? ਲੁਕਾਉਂਦਾ ਕਿਉਂ ਅੱਖਾਂ ਨੂੰ? ਹੁਣ ਸ਼ੇਖ ਨੇ ਜਵਾਬ ਦਿੱਤਾ, ਕਹਿਣ ਲੱਗੇ ਦੇਣ ਹਾਰ ਕੋਈ ਔਰ ਹੈ, ਭੇਜਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਤਾਂ ਤੇ ਨੀਚੇ ਨੈਣ। ਕਹਿਣ ਲੱਗੇ ਦੇਣ ਹਾਰ ਤਾਂ ਕੋਈ ਹੋਰ ਹੈ, ਲੋਕ ਮੈਨੂੰ ਇਹ ਭਰਮ ਵਿੱਚ ਕਹੀ ਜਾਂਦੇ ਨੇ ਬਹੁਤ ਵੱਡਾ ਦਾਤਾ ਹੈ, ਮੈਨੂੰ ਸ਼ਰਮਿੰਦਗੀ ਆਉਂਦੀ ਹੈ ਵੀ ਦਾਤਾਂ ਦੇਣ ਵਾਲਾ ਤਾਂ ਰੱਬ ਹੈ ਅਤੇ ਲੋਕ ਮੇਰਾ ਹੀ ਜਸ ਕਰੀ ਜਾਂਦੇ ਨੇ, ਤਾਂ ਕਰਕੇ ਮੈਂ ਸ਼ਰਮਿੰਦਾ ਹੋਇਆ, ਅੰਦਰ ਬੈਠ ਕੇ ਆਪਣਾ ਚਿਹਰਾ ਛੁਪਾ ਲੈਣਾ। ਮੈਂ ਬੇਨਤੀ ਕਰਾਂ ਪਿਆਰ ਵਾਲਿਓ, ਟੇਕ ਕਦੇ ਰੱਖਣੀ? ਹਜ਼ੂਰ ਆਖਦੇ ਨੇ, ਕਹਿੰਦੇ ਮਾਨੁੱਖੀ ਟੇਕ ਬਿਰਥੀ ਸਭ ਜਾਨ,
ਮਨੁੱਖ ਦੀ ਟੇਕ ਸਾਰੀ ਬਿਰਥੀ ਹੈ। ਦੇਵਨ ਕੋ ਇੱਕ ਹੈ ਭਗਵਾਨ, ਮਾਲਕ ਦੇਣ ਵਾਲਾ ਇੱਕੋ ਹੀ ਹੈ, ਪਰਮੇਸ਼ਰ ਦੇਣ ਵਾਲਾ ਇੱਕੋ ਹੀ ਹੈ, ਸਾਰੇ ਜਗਤ ਦਾ ਦਾਤਾ ਇੱਕੋ ਹੀ ਹੈ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਕੇਵਲ ਉਹ ਦਾਤਾ ਹੀ ਨਹੀਂ ਦਿੰਦਾ, ਜਦੋਂ ਕਦੇ ਮੁਸ਼ਕਲ ਔਖੀ ਘੜੀ ਬਣੇ ਤਾਂ ਉਹ ਨਾਲ ਸਹਾਰਾ ਵੀ ਦਿੰਦਾ, ਉਹ ਸਹਾਰਾ ਵੀ ਦਿੰਦਾ। ਦੇਖੋ ਬਾਕੀ ਲੋਕ ਮੁਸ਼ਕਲ ਵੇਲੇ ਭੱਜ ਜਾਂਦੇ ਨੇ, ਉਹ ਸਗੋਂ ਮੁਸ਼ਕਲ ਵੇਲੇ ਚੇਤੇ ਆਉਂਦਾ। ਅਸੀਂ ਜਦੋਂ ਕੋਈ ਮੁਸੀਬਤ ਪੈ ਜਾਏ, ਸਾਰੇ ਆਸਰੇ ਪਰਨੇ ਟੁੱਟ ਜਾਣ, ਫਿਰ ਮਾਲਕ ਕੋਲ ਕਿਉਂ ਆਉਂਦੇ? ਕਿਉਂਕਿ ਉਹਦਾ ਕਾਰਨ ਇਹ ਹੈ ਵੀ ਸਭ ਕੁਝ ਭਾਵੇਂ ਮਨੁੱਕਰ ਹੋ ਜਾਏ ਪਰ ਮਾਲਕ ਤੂੰ ਕਿਸੇ ਦਾ ਲੜ ਨਹੀਂ ਛੱਡਦਾ, ਤੂੰ ਉਹਨੂੰ ਪੱਤਣ 'ਤੇ ਲਾ ਦਿੰਦਾ, ਤੂੰ ਉਹਨੂੰ ਭਟਕਣਾ ਵਿੱਚ ਨਹੀਂ ਰਹਿਣ ਦਿੰਦਾ। ਅੰਮ੍ਰਿਤ ਗੁਰਬਾਗ ਪੜ੍ਹਦੇ ਹੋ ਨਾ ਰੱਬੀ ਬਾਣੀ ਦਾ, ਸਤਿਗੁਰੂ ਜੀ ਆਖਦੇ ਨੇ, ਕਹਿਣ ਲੱਗੇ ਜਿਹੜੇ ਉਹਦਾ ਸਹਾਰਾ ਲੈ ਲੈਂਦੇ ਨੇ, ਜਾਂ ਕੋਈ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਬਾਓ। ਬਚਨ ਨੇ ਬੜੇ ਪਿਆਰੇ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ, ਨਾ ਕੁਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਰ ਹੋਵੇ ਰਾਜ। ਕਹਿੰਦੇ ਉਸ ਮਨੁੱਖ ਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ ਮਾਲਕ, ਜਿਹੜੇ ਉਹਦੇ ਆਸਰੇ 'ਤੇ, ਜਿਹੜੇ ਉਹਦੇ ਟੇਕ 'ਤੇ ਰਹਿੰਦੇ ਨੇ। ਫਰਕ ਸਿਰਫ ਇੰਨਾ ਹੈ, ਅਸੀਂ ਕਈ ਵਾਰੀ ਮੱਥਾ ਉਹਨੂੰ ਟੇਕਦੇ ਹਾਂ ਅਤੇ ਆਸਰਾ ਕਿਸੇ ਹੋਰ ਦਾ ਤੱਕਦੇ, ਆਸਰਾ ਕਿਸੇ ਮਨੁੱਖ ਦਾ ਹੀ ਤੱਕਦੇ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਈ ਸੱਜਣ ਸੁਹੇਲੇ, ਰਾਖੋ ਰੱਖ ਨਿਹਾਰ ਦਿਆਲਾ, ਨਾਨਕ ਕਰਕੇ ਗੋਲੇ। ਆਪਣੇ ਅੰਦਰੋਂ ਤਨੋ ਮਨੋ ਟੇਕ ਮਾਲਕ ਦੀ ਰੱਖੀਏ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁੱਖ ਉੱਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਫਿਰ ਉਹਦੇ ਜੀਵਨ ਵਿੱਚ ਭਟਕਣਾ ਨਹੀਂ ਹੁੰਦੀ। ਸਾਹਿਬ ਜੀ ਕਹਿੰਦੇ ਨੇ, ਆਹ ਸਿੱਖ ਗੁਰੂ ਚਰਨਾਂ ਵਿੱਚ ਆ ਕੇ ਉਹ ਮਨਾ, ਮੈਂ ਟੇਕ ਇੱਕ ਦੀ ਲੈਣੀ ਹੈ, ਮੈਂ ਆਸਰਾ ਇੱਕ ਦਾ ਲੈਣਾ, ਮੈਂ ਸਹਾਰਾ ਇੱਕ ਦਾ ਲੈਣਾ, ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ, ਮੇਰੇ ਮਨ ਵਿੱਚ ਉਹਦੀ ਟੇਕ ਹੈ। ਤਿਸ ਦਾ ਮਤਲਬ ਹੁੰਦਾ ਉਸ ਮਾਲਕ ਦੀ ਟੇਕ ਹੈ। ਕਿਹਦੀ? ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਚਾਹੇ, ਜਿਹਦੀ ਇਬਾਦਤ ਕਰਿਆ ਮੇਰੀ ਝੋਲੀ ਵਿੱਚ ਸਰੀਵੀ ਸੁੱਖ ਪੈ ਜਾਂਦਾ ਅਤੇ ਮੇਰੇ ਜੀਵਨ ਦੇ ਦੁੱਖ ਮਿਟ ਜਾਂਦੇ ਨੇ, ਮੈਂ ਉਸ ਮਾਲਕ ਦਾ ਆਸਰਾ, ਉਸ ਮਾਲਕ ਦਾ ਸਹਾਰਾ ਆਪਣੇ ਜੀਵਨ ਵਿੱਚ ਤੱਕਣਾ। ਤਿੰਨ ਸਮੇਂ ਬੜੀ ਜ਼ਿੰਦਗੀ ਦੇ ਅਮੋਲਕ ਹੁੰਦੇ ਨੇ, ਬਹੁਤ ਅਮੋਲਕ ਹੁੰਦੇ ਨੇ। ਨੰਬਰ ਇੱਕ, ਜਦੋਂ ਜੀਵ ਮਾਤਾ ਦੇ ਪੇਟ ਵਿੱਚ ਹੈ ਉਦੋਂ ਇਹ ਆਪਣੀ ਸੰਭਾਲ ਆਪ ਵੀ ਨਹੀਂ ਕਰ ਸਕਦਾ, ਜੇ ਮਾਂ ਚਾਹਵੇ ਤਾਂ ਮਾਂ ਵੀ ਨਹੀਂ ਕਰ ਸਕਦੀ, ਮੈਨੂੰ ਮਾਫ਼ ਕਰਿਓ। ਗੁਰਦੇਵ ਨੇ ਇਸੇ ਲਈ ਬਚਨ ਬਖਸ਼ਿਸ਼ ਕੀਤੇ ਨੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਇਹ ਵੱਡਦਾਤਾ ਏਡਾ ਵੱਡਾ ਦਾਤਾ ਤੂੰ ਕਿਉਂ ਭੁਲਾ ਦਿੱਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਜਿਹੜਾ ਤੈਨੂੰ ਅੱਗ ਵਿੱਚ ਵੀ ਭੋਜਨ ਪਹੁੰਚਾਉਂਦਾ, ਉਸ ਨੂੰ ਕੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ। ਕਹਿੰਦੇ ਇਹ ਸਮਾਂ ਦੇਖ ਕਿੱਡਾ ਭਿਆਨਕ ਸੀ, ਬਸੰਦੋ ਕੋਹਤੜੈ ਥਾਏ ਸਿਰ ਤਲੈ ਪੈਰ ਉੱਪਰੇ, ਬਸੰਦੋ ਕੋਹਤੜੈ ਥਾਏ, ਕੋਹਤੜੈ ਦਾ ਮਤਲਬ ਹੁੰਦਾ ਗੰਦੀ ਥਾਂ, ਸਿਰ ਤੇਰਾ ਥੱਲੇ ਸੀ ਪੈਰ ਉੱਤੇ ਸੀ, ਕਹਿੰਦੇ ਗੰਦੀ ਥਾਂ ਦੇ ਉੱਤੇ ਤੇਰਾ ਵਾਸਾ ਸੀ, ਸੋ ਧਣੀ ਕਿਉਂ ਮਨੋ ਵਿਸਾਰੀਐ, ਉਧਰੇ ਜਿਸਦਾ ਨਾਂ ਹੈ। ਕਹਿੰਦੇ ਉਹ ਰੱਬ ਦੇ ਨਾਮ ਨੂੰ ਕਿਉਂ ਭੁਲਾ ਬੈਠਾ ਜਿਹਦੀ ਕਿਰਪਾ ਦੇ ਨਾਲ ਤੈਨੂੰ ਉੱਥੇ ਵੀ ਪ੍ਰਤਪਾਲਣਾ ਹੁੰਦੀ ਸੀ। ਸਿਆਣੇ ਵਿਦਵਾਨਾਂ ਦਾ ਇੱਕ ਬਚਨ ਹੈ ਬੜਾ ਪਿਆਰਾ, ਬੰਦਾ ਭਾਵੇਂ ਪੁੱਠਾ ਸੀ ਪਰ ਕੰਮ ਸਿੱਧੇ ਕਰਦਾ ਸੀ, ਜਦੋਂ ਦਾ ਸਿੱਧਾ ਹੋ ਗਿਆ ਕੰਮ ਪੁੱਠੇ ਕਰਨ ਲੱਗ ਪਿਆ। ਜਦੋਂ ਮਾਤਾ ਦੇ ਉਦਰ ਵਿੱਚ ਪੁੱਠਾ ਲਟਕਦਾ ਉਦੋਂ ਕੰਮ ਸਿੱਧੇ ਕਰਦਾ, ਰੱਬ ਦੀ ਯਾਦ ਵਿੱਚ ਜੁੜਿਆ, ਜਦੋਂ ਸਿੱਧਾ ਹੋ ਕੇ ਦੁਨੀਆਂ 'ਚ ਵਿਚਰਦਾ ਕੰਮ ਪੁੱਠੇ ਕਰਨ ਲੱਗ ਪਿਆ।
ਦੂਜਾ ਜ਼ਿੰਦਗੀ ਦਾ ਭਿਆਨਕ ਸਮਾਂ ਹੁੰਦਾ ਹੈ ਜਦੋਂ ਕੋਈ ਮੁਸੀਬਤ ਬਣਦੀ ਹੈ। ਮੁਸੀਬਤ ਵੇਲੇ ਵੀ ਕੋਈ ਸਾਥੀ ਨਹੀਂ ਬਣਦਾ ਪਿਆਰਿਓ, ਇਹ ਮੇਰੇ ਨਹੀਂ ਗੁਰਦੇਵ ਦੇ ਫੈਸਲੇ ਨੇ, ਸਤਿਗੁਰੂ ਜੀ ਦਾ ਪਾਵਨ ਬਚਨ ਹੈ। ਸੰਗ ਸਖਾ ਸਭ ਤਜ ਗਏ ਕਹੂ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਇਹੋ ਜੀ ਬਿਪਤਾ ਦੇ ਵੇਲੇ ਟੇਕ ਏਕ ਰਘੁਨਾਥ। ਹਰ ਬੰਦਾ ਨਾ ਲੈਣ ਤੋਂ ਵੀ ਜਰਕਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪੁੱਤ ਮੈਂ ਵੀ ਤੈਨੂੰ ਕਦੇ ਰੋਕਿਆ ਵੀ ਹੁਣ ਜਪਜੀ ਸਾਹਿਬ ਨਾ ਪੜੀ ਤੇਰਾ ਕੋਈ ਨਹੀਂ ਰਿਹਾ। ਉਹ ਉਦੋਂ ਵੀ ਸਹਾਰਾ ਦਿੰਦੀ ਹੈ। ਇੱਕ ਤੀਜਾ ਸਹਾਰਾ ਜਦੋਂ ਸਾਡਾ ਕਿਸੇ ਵੀ ਨਹੀਂ ਬਣਨਾ, ਉਹਦੇ ਬਾਰੇ 'ਚ ਵੀ ਤੁਸੀਂ ਰੋਜ਼ ਪੜ੍ਹਦੇ ਹੋ, ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਕੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਹਿ ਉਧਾਰੀ, ਅਨਕ ਪੁਨੇ ਚਰਨ ਕਰਤ ਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਤੀਜਾ ਵਕਤ ਉਹ ਹੈ ਉਸ ਵੇਲੇ ਵੀ ਸਾਡਾ ਕਿਸੇ ਨੇ ਸਹਾਈ ਹੋਣਾ, ਮਾਂ ਲੱਖ ਪਿਆਰ ਕਰਦੀ ਹੋਵੇ, ਮਾਂ ਦਾ ਬਸ ਨਹੀਂ ਚੱਲਣਾ ਮੈਂ ਆਪਣੇ ਪੁੱਤ ਦੇ ਦੁੱਖ ਵੰਡਾ ਲਾਂ, ਮਾਂ ਲੱਖ ਪਿਆਰ ਕਰਦੀ ਹੋਵੇ, ਬਾਪ ਲੱਖ ਪਿਆਰ ਕਰਦਾ ਹੋਵੇ। ਜਿਵੇਂ ਅਜੋਕੇ ਸਮੇਂ 'ਚ ਉਦਾਹਰਣ ਲੈ ਲਓ, ਕੋਈ ਕਿਸੇ ਨੂੰ ਕੈਂਸਰ ਦਾ ਰੋਗ ਹੋਵੇ, ਦੁੱਖ 'ਚ ਉਹ ਇਕੱਲਾ ਭੋਗ ਰਿਹਾ ਨਾ ਪਿਆਰ ਵਾਲਿਓ, ਉਸ ਵੇਲੇ ਕੋਈ ਟੇਕ ਸਹਾਰਾ ਦੇ ਸਕਦਾ ਤਾਂ ਉਹ ਕੇਵਲ ਰੱਬ ਦਾ ਨਾਮ ਹੋ ਸਕਦਾ, ਕੇਵਲ ਪਰਮੇਸ਼ਰ ਦਾ ਨਾਮ ਹੋ ਸਕਦਾ, ਹੋਰ ਕੋਈ ਵੀ ਨਹੀਂ। ਇਸੇ ਲਈ ਤਾਂ ਰੱਬ ਦੇ ਪਿਆਰਿਆਂ ਨੇ ਇੱਕ ਬਚਨ ਕਹਿ ਦਿੱਤਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਮਾਲਕ ਜੀ ਮੈਨੂੰ ਤਾਂ ਤੇਰਾ ਸਹਾਰਾ, ਤੇਰਾ ਆਸਰਾ, ਤੇਰੀ ਟੇਕ ਹੈ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਸਮਝਦਾ। ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ। ਕਹਿੰਦੇ ਰੱਬ ਤੋਂ ਬਿਨਾਂ ਜਿਹੜੀ ਬਾਕੀ ਟੇਕ ਹੈ, ਬਾਕੀ ਆਸਰਾ, ਉਹ ਤਾਂ ਕੱਚਾ ਹੈ, ਇੱਕ ਨਾ ਇੱਕ ਦਿਨ ਟੁੱਟ ਜਾਏਗਾ। ਮੈਂ ਇੱਕ ਦੋ ਬਚਨ ਤੁਹਾਡੇ ਨਾਲ ਹੋਰ ਸਾਂਝੇ ਕਰ ਲਾਂ ਤਾਂ ਕਿ ਆਪਣੇ ਮਨ ਵਿੱਚ ਗੱਲ ਬੈਠ ਜਾਏ ਚੰਗੀ ਤਰ੍ਹਾਂ, ਆਪਣੇ ਆਪ ਹੀ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੈਂ ਦੋ ਤਿੰਨ ਉਦਾਹਰਨਾਂ ਦੇਣ ਲੱਗਾ, ਉਹਨੂੰ ਸਮਝਿਓ ਜੇ। ਇੱਕੋ ਹੀ ਗੁਰੂ ਦੇ ਦੋ ਪੁੱਤ ਨੇ, ਦੋਵੇਂ ਗੁਰੂ ਦੇ ਵਿਹੜੇ ਵਿੱਚ ਰਹਿ ਕੇ, ਗੁਰੂ ਕੇ ਲੰਗਰ ਛਕ ਕੇ, ਗੁਰੂ ਦੀ ਗੋਦ ਦਾ ਆਨੰਦ ਮਾਣਦਿਆਂ ਬਾਣੀ ਪੜ੍ਹਦਿਆਂ ਪਲੇ ਨੇ। ਦੋਵੇਂ ਇੱਕੋ ਜਿਹੇ ਨੇ। ਇੱਕ ਨੇ ਟੇਕ ਲੈ ਲਈ ਮਨੁੱਖ ਦੀ, ਇੱਕ ਨੇ ਟੇਕ ਲੈ ਲਈ ਗੁਰੂ ਦੀ। ਅੱਜ ਹੁਣ ਅੱਜ ਤੱਕ ਆਪਾਂ ਕਹਿੰਦੇ ਹਾਂ ਵੀ ਜਿਹਨੇ ਮਨੁੱਖ ਦੀ ਟੇਕ ਲਈ, ਕੋਈ ਉਹਦਾ ਮੂੰਹ ਦੇਖੇ ਤੇ ਉਹਦਾ ਮੇਰੇ ਨਾਲੋਂ ਸੰਬੰਧ ਟੁੱਟ ਜਾਣਾ। ਜਿਹਨੇ ਗੁਰੂ ਦੀ ਟੇਕ ਲਈ ਉਹਦੇ ਬਾਰੇ 'ਚ ਰੋਜ਼ ਪੜ੍ਹਦੇ ਹੋ ਵੀ ਜੇ ਇਸ ਗੁਰੂ ਦੇ ਕੋਈ ਦਰਸ਼ਨ ਕਰੇ ਤਾਂ ਉਹਦੇ ਸਾਰੇ ਦੁੱਖ ਕੱਟੇ ਜਾਣਗੇ। ਸਕੇ ਭਾਈ ਨੇ ਦੋਵੇਂ, ਮੈਂ ਦੋਨਾਂ ਦਾ ਜ਼ਿਕਰ ਕਰਦੀ ਹਾਂ। ਇੱਕ ਹੈ ਬਾਬਾ ਰਾਮ ਰਾਏ, ਸਿਰਫ 13 ਸਾਲ ਦੀ ਉਮਰ ਸੀ ਜਿਸ ਦਿਨ ਉਹਨਾਂ ਨੂੰ ਦਿੱਲੀ ਔਰੰਗਜ਼ੇਬ ਦੇ ਦਰਬਾਰ ਭੇਜਿਆ ਗਿਆ। ਤੁਸੀਂ ਜਾ ਕੇ ਉਹਨਾਂ ਦੇ ਜਵਾਬ ਦਿਓ। ਹੁਣ 13 ਸਾਲ ਦੀ ਉਮਰ 'ਚ ਕਿੱਡਾ ਵੱਡਾ ਗਿਆਨ, ਔਰੰਗਜ਼ੇਬ ਦੇ ਦਰਬਾਰ ਵਿੱਚ ਜਿੰਨੇ ਹਾਜੀ ਕਾਜੀ ਬੈਠੇ ਨੇ, ਮੁੱਲਾ ਮੁਲਾਣੇ ਬੈਠੇ ਨੇ, ਸਿਆਣੇ ਵਿਦਵਾਨ ਬੈਠੇ ਨੇ, ਸਭ ਦੀਆਂ ਜ਼ਬਾਨਾਂ ਬੰਦ ਕਰਵਾ ਦਿੱਤੀਆਂ, ਹੰਕਾਰ ਆ ਗਿਆ। ਇੱਕ ਪੰਗਤੀ ਉਹਨਾਂ ਬੋਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ। ਕਹਿਣ ਲੱਗੇ ਇਹ ਦੱਸੋ, ਬੁਰਾ ਨਾ ਮਨਾਇਓ, ਬਿਲਕੁਲ ਵੀ ਬੁਰਾ ਨਾ ਮਨਾਇਓ। ਮੈਂ ਬੇਨਤੀ ਕਰਾਂ, ਸਾਡੇ 'ਚੋਂ ਕੋਈ ਹੈ ਜਿਹੜਾ ਦੱਸ ਸਕਦਾ ਵੀ ਇਹ ਪੰਗਤੀ ਕਿੱਥੇ ਆ ਸਕੀ ਵਾਰ 'ਚ? ਹਜ਼ਾਰਾਂ ਵਾਰੀ ਕਥਾ ਹੁੰਦੀ ਹੈ, ਤੁਸੀਂ ਸੁਣਦੇ ਹੋਵੋਗੇ।
ਹੈਰਾਨੀ ਦੀ ਗੱਲ ਹੈ, ਆਸਾ ਕੀ ਵਾਰ ਦਾ ਪਤਾ ਸਿੱਖ ਨੂੰ ਨਹੀਂ ਹੈ, ਪਰ ਔਰੰਗਜ਼ੇਬ ਦੇ ਦਰਬਾਰ 'ਚ ਪਤਾ ਸੀ ਵੀ ਆਸਾ ਕੀ ਵਾਰ ਕੀ ਚੀਜ਼ ਹੈ, ਕਿੱਥੇ ਕੀ ਕੁਛ ਲਿਖਿਆ ਹੋਇਆ। ਇਹ ਛੇਵੀਂ ਪੌੜੀ ਨਾਲ ਲੱਗੇ ਹੋਏ ਸਲੋਕ ਨੇ, ਛੇਵੀਂ ਪੌੜੀ ਨਾਲ ਲੱਗੇ ਹੋਏ ਸਲੋਕ ਨੇ ਇਹ। ਉਹ ਸਲੋਕ ਦੀ ਪੰਕਤੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਭਿੱਕ ਮਿਆਰ ਘੜ ਭਾਂਡੇ, ਇੱਟਾਂ ਕੀ ਆ ਜਲਦੀ ਕਰੇ ਪੁਕਾਰ। ਬਾਬਾ ਰਾਮ ਰਾਏ ਨੂੰ ਕਹਿਣ ਲੱਗੇ ਵੀ ਇਹਦਾ ਇਹ ਤਾਂ ਇਸਲਾਮ ਦੀ ਤੁਹੀਨ ਹੈ, ਇਸਲਾਮ ਦੀ ਬੇਇੱਜ਼ਤੀ ਕੀਤੀ ਹੋਈ ਹੈ। ਬਾਬਾ ਰਾਮ ਰਾਏ ਜੀ ਨੇ ਸੋਚਿਆ ਵੀ ਐਡਾ ਪਿਆਰ ਸਤਿਕਾਰ ਬਣਿਆ ਹੋਇਆ, ਕਿਤੇ ਸਾਰੀ ਬਣੀ ਬਣਾਈ ਖੇਡ ਖਤਮ ਨਾ ਹੋ ਜਾਏ। ਕਹਿਣ ਲੱਗੇ ਨਹੀਂ ਨਹੀਂ, ਇਹ ਤੁਹਾਨੂੰ ਭੁਲੇਖਾ ਲੱਗਿਆ, ਤੁਹਾਡੇ ਤੱਕ ਗੱਲ ਨਹੀਂ ਸਹੀ ਪਹੁੰਚੀ। ਹਕੀਕਤ ਇਹ ਆ ਵੀ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਕੋਲੋਂ ਬਾਣੀ ਲਿਖਵਾਈ, ਤਾਂ ਗੁਰੂ ਅਰਜਨ ਪਾਤਸ਼ਾਹ ਨੇ ਜਿਹੜੇ ਸ਼ਬਦ ਬੋਲੇ ਸਨ ਉਹ ਸਬੱਬੀ ਕਿਸੇ ਭੁਲੇਖੇ ਦੇ ਕਾਰਨ ਭਾਈ ਗੁਰਦਾਸ ਜੀ ਨੇ ਹੋਰ ਸਮਝ ਕੇ ਲਿਖ ਦਿੱਤੇ। ਸ਼ਬਦ ਤਾਂ ਇਹ ਸਨ ਵੀ ਮਿੱਟੀ ਬੇਈਮਾਨ ਕੀ ਪੇੜੇ ਪਿੱਕ ਮਿਆਰ, ਪਰ ਭਾਈ ਗੁਰਦਾਸ ਜੀ ਨੇ ਮੁਸਲਮਾਨ ਲਿਖ ਦਿੱਤਾ। ਔਰੰਗਜ਼ੇਬ ਤਾਂ ਖੁਸ਼ ਹੋ ਗਿਆ, ਪਰ ਗੁਰੂ ਨਾਲ ਸਾਂਝ ਟੁੱਟ ਗਈ। ਅੱਜ ਵੀ ਜਦੋਂ ਕੋਈ ਖੰਡੇ ਬਾਟੇ ਦੀ ਪੌਲ ਲੈਣ ਜਾਂਦਾ ਹੈ ਤਾਂ ਉਹਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਭਾਈ ਸੱਜਣਾ, ਜੇ ਤੁਸੀਂ ਅੱਜ ਵੀ ਰਾਮ ਰਾਈਆਂ ਨਾਲ ਵਰਤੇ ਤਾਂ ਤੁਹਾਡਾ ਮੇਰਾ ਸੰਬੰਧ ਟੁੱਟ ਜਾਣਾ ਹੈ। ਦੂਜੇ ਪਾਸੇ ਉਸੇ ਬਾਬਾ ਰਾਮ ਰਾਏ ਦਾ ਸਕਾ ਭਰਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਰੋਜ਼ ਅਰਦਾਸ ਦੇ ਬੋਲ ਪੜ੍ਹਦੇ ਹੋ, ਸ਼੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਸਾਡੇ ਸਾਹਮਣੇ ਪ੍ਰਤੱਖ ਹੈ, ਇੱਕ ਮਨੁੱਖ ਦੀ ਟੇਕ ਲੈ ਗਿਆ ਜ਼ਿੰਦਗੀ ਪਰ ਖਾਲੀ, ਇੱਕ ਗੁਰੂ ਦੀ ਟੇਕ ਲੈ ਗਿਆ ਜ਼ਿੰਦਗੀ ਪਰ ਝੋਲੀਆਂ ਭਰਨੀਆਂ। ਮੈਂ ਫਿਰ ਬੇਨਤੀ ਕਰਾਂ, ਕਦੇ ਸੋਚ ਕੇ ਦੇਖਿਓ, ਜਦੋਂ ਟੇਕ ਗੁਰੂ ਦੀ ਲਵਾਂਗੇ ਉਦੋਂ ਜੀਵਨ ਵਿੱਚੋਂ ਭਟਕਣਾ ਖਤਮ ਹੋ ਜਾਣੀ ਹੈ। ਜਹਾਂਗੀਰ ਬਾਦਸ਼ਾਹ ਦਾ ਤੰਬੂ ਲੱਗਿਆ ਹੋਇਆ, ਇੱਕ ਕਾਗੀ ਸਿਰ ਤੇ ਪੰਡ ਚੁੱਕ ਕੇ ਆਪਣੇ ਬੋਝੇ ਵਿੱਚ ਇੱਕ ਟਕਾ ਪਾ ਕੇ ਅੰਦਰ ਚੱਲਿਆ। ਦਰਬਾਰੀ ਰੋਕਦਾ ਨਹੀਂ, ਤੂੰ ਇਸ ਹਾਲਾਤ ਵਿੱਚ ਅੰਦਰ ਨਹੀਂ ਜਾ ਸਕਦਾ, ਤੇਰੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਨੇ, ਤੇਰੇ ਦੇਹੀ ਤੋਂ ਪਸੀਨੇ ਦੀ ਬੋਹ ਆਉਂਦੀ ਹੈ, ਤੂੰ ਸਾਡੇ ਜੇ ਕੱਪੜੇ ਪਾਏ ਤੂੰ ਕਿਵੇਂ ਇਵੇਂ ਕਰ ਸਕਣਾ, ਇਵੇਂ ਤਾਂ ਕੋਈ ਆਇਆ ਹੀ ਨਹੀਂ ਰਾਜ ਦਰਬਾਰ ਵਿੱਚ, ਨਾਲੇ ਭੇਟਾ ਕੀ ਚੁੱਕੀ ਫਿਰਨਾ ਘਾਹ ਦੀ ਪੰਡ। ਉਹਨੇ ਅੰਦਰ ਨਾ ਜਾਣ ਦਿੱਤਾ, ਪਰ ਅੰਦਰ ਬੈਠਾ ਜਹਾਂਗੀਰ ਬਾਦਸ਼ਾਹ, ਉਹਨੇ ਆਵਾਜ਼ ਮਾਰੀ, ਕਹਿਣ ਲੱਗੇ ਅੰਦਰ ਆ ਜਾਣ ਦਿਓ। ਅੰਦਰ ਆ ਗਏ, ਅੰਦਰ ਆਏ ਤੇ ਉਹਨੂੰ ਤੇ ਹੁਣ ਸਿੱਖ ਨੂੰ ਤੇ ਪਤਾ ਨਹੀਂ ਨਾ, ਉਹਨੇ ਪੰਡ ਵੀ ਤਾਰ ਕੇ ਰੱਖ ਦਿੱਤੀ, ਟਕਾ ਵੀ ਭੇਟਾ ਰੱਖ ਦਿੱਤਾ, ਹੱਥ ਜੋੜ ਕੇ ਕਹਿਣ ਲੱਗਿਆ ਮੇਰਾ ਦਿਆ ਸਾਈਆਂ ਇੱਕ ਕਿਰਪਾ ਕਰ ਦਿਓ, ਗਰੀਬ ਕੁਛ ਵੀ ਨਹੀਂ ਮੰਗਦਾ, ਇੱਕੋ ਰਹਿਮਤ ਕਰ ਦੇ ਮੇਰੇ ਜੀਵਨ ਦੀ ਬੇੜੀ ਪਾਰ ਕਰ ਦੀ, ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਲੁੱਟ ਲੈਣ। ਸਾਹਮਣੇ ਬੈਠਾ ਵਿੱਚੋਂ ਹੀ ਬੋਲ ਪਿਆ, ਕਹਿਣ ਲੱਗੇ ਮੈਨੂੰ ਲੱਗਦਾ ਤੂੰ ਗਲਤ ਥਾਂ ਤੇ ਆ ਗਿਆ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਜਿਹੜੀ ਇਹੋ ਜਿਹੀ ਰਾਖੀ ਕਰ ਸਕਦਾ ਮੈਂ ਤਾਂ ਬਾਹਰੋਂ ਰਾਖੀ ਕਰ ਸਕਦਾ ਤੇਰੀ, ਜਿਹੜੀ ਇਹੋ ਜਿਹੀ ਰਾਖੀ ਕਰ ਸਕਦਾ ਉਹ ਤਾਂ ਨਾਲ ਦੇ ਤੰਬੂ 'ਚ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ। ਕਹਿਣ ਲੱਗੇ ਤੁਸੀਂ ਕੌਣ ਹੋ? ਕਹਿਣ ਲੱਗੇ ਮੈਂ ਤਾਂ ਬਾਦਸ਼ਾਹ ਜਹਾਂਗੀਰ ਹੈ। ਸਿੱਖ ਨੇ ਹੱਥ ਜੋੜੇ, ਕਹਿਣ ਲੱਗੇ ਗਲਤੀ ਹੋ ਗਈ, ਹੁਣ ਆਪਣੀ ਪੰਡ ਵੀ ਚੁੱਕ ਲਈ, ਆਪਣਾ ਟਕਾ ਵੀ ਚੁੱਕ ਲਿਆ। ਜਹਾਂਗੀਰ ਬਾਦਸ਼ਾਹ ਬਹੁਤ ਹੈਰਾਨ ਹੋਇਆ, ਕਹਿਣ ਲੱਗਿਆ ਚਲੋ ਟਕਾ ਚੁੱਕ ਲੈ ਜਾ, ਗੱਲ ਵੱਖਰੀ ਹੈ, ਅੱਜ ਤੱਕ ਕਦੇ ਕਿਸੇ ਨੇ ਕਿਸੇ ਨੂੰ ਘਾਹ ਭੇਟਾ ਨਹੀਂ ਕੀਤਾ, ਤੇ ਸਿਆਣੇ ਕਹਿੰਦੇ ਨੇ ਤੂੰ ਤਾਂ ਮੈਨੂੰ ਕੱਖੋਂ ਹਲਕਾ ਕਰ ਦਿੱਤਾ, ਜੇ ਤੂੰ ਪੰਡ ਚੁੱਕ ਲੈ ਗਿਆ ਮੈਂ ਕੱਖ ਤੋਂ ਵੀ ਹਲਕਾ ਹੋ ਜਾਵਾਂਗਾ, ਤੂੰ ਪੰਡ ਨਾ ਚੁੱਕ ਕੇ ਲੈ ਕੇ ਜਾ, ਇੱਕ ਕੰਮ ਕਰ, ਤੇਰਾ ਹੁਲੀਆ ਦੱਸਦਾ ਵੀ ਤੂੰ ਬਹੁਤ ਗਰੀਬ ਹੈ, ਇੱਕ ਕੰਮ ਕਰ, ਮੈਂ ਤੈਨੂੰ ਜਿੰਨਾ ਇਹ ਪੰਡ ਦਾ ਭਾਰ ਹੈ ਉਨੇ ਭਾਰ ਤੈਨੂੰ ਮਾਇਆ ਦੇ ਟੋਲ ਕੇ ਦੇ ਦਿੰਦਾ, ਜਾ ਕਈ ਪੀੜ੍ਹੀਆਂ ਸੁਖ ਮਾਣੀ ਤੂੰ ਕੀ ਯਾਦ ਕਰੇਗਾ,
ਵੀ ਜਹਾਂਗੀਰ ਦੇ ਦਰ 'ਤੇ ਆਇਆ, ਘਾਹ ਦੀ ਪੰਡ ਨਾ ਲੈ ਕੇ ਜਾ। ਮੈਂ ਇਹ ਸਾਖੀ ਸੁਣਾਉਂਦਾ ਹੋਇਆ ਆਪਣੇ ਆਪ ਨੂੰ ਪੁੱਛਿਆ ਕਰਦਾ ਮਨਾ, ਤੂੰ ਕਿੱਥੇ ਖਲੋਤਾ? ਪੁਰਾਣੇ ਸਿੱਖ ਗਰੀਬ ਭਾਵੇਂ ਹੁੰਦੇ ਸੀ, ਬਕਾਊ ਨਹੀਂ ਸੀ ਹੁੰਦੇ। ਅੱਜ ਦਾ ਸਿੱਖ ਅਮੀਰ ਬਹੁਤ ਹੈ ਪਰ ਬਕਾਊ ਬਹੁਤ ਹੈ, ਮਾਫ ਕਰਿਓ, ਥਾਂ ਥਾਂ 'ਤੇ ਵਿਕ ਜਾਂਦਾ। ਸਾਡੀ ਕੌਮ ਦੀ ਦੁਰਦਸ਼ਾ ਅੱਜ ਤਾਂ ਹੈ ਕਿਉਂਕਿ ਆਪਾਂ ਥਾਂ ਥਾਂ 'ਤੇ ਵਿਕੇ ਪਏ ਹਾਂ। ਪੁਰਾਣਾ ਸਿੱਖ ਵਿਕਦਾ ਨਹੀਂ ਸੀ। ਹੈਰਾਨੀ ਦੀ ਗੱਲ ਹੈ, ਘਾਹ ਦੇ ਪੰਡ ਲੈ ਕੇ ਆਉਣ ਵਾਲੇ ਘਾਹੀ ਸਿੱਖ ਨੇ ਜਹਾਂਗੀਰ ਨੂੰ ਜਵਾਬ ਦਿੱਤਾ, ਕਹਿਣ ਲੱਗੇ ਨਹੀਂ, ਨਾ ਤੈਨੂੰ ਘਾਹ ਦੀ ਪੰਡ ਵੇਚਣੀ ਹੈ ਨਾ ਤੈਨੂੰ ਆਟਕਾ ਦੇਣਾ ਹੈ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੈਂ ਰੋਜ਼ ਘਾਹ ਵੇਚਦਾ, ਇਹ ਤਾਂ ਮੇਰਾ ਕੰਮ ਹੈ। ਅੱਜ ਕੁਝ ਚਾਰ ਪੈਸੇ ਵਾਧੂ ਦੇਣ ਵਾਲਾ ਵਪਾਰੀ ਆ ਗਿਆ ਅਤੇ ਕੱਲ੍ਹ ਤੇਰੇ ਵਰਗਾ ਕੋਈ ਨਾ ਕੋਈ ਹੋਰ ਆ ਜਾਏਗਾ, ਉਹ ਤਾਂ ਆ ਹੀ ਜਾਏਗਾ ਕੋਈ ਨਾ ਕੋਈ। ਯਾਦ ਰੱਖ, ਜਿਹੜਾ ਘਾਹ ਦਾ ਮੁੱਲ ਜ਼ਿਆਦਾ ਪਾ ਦੇ ਇਹੋ ਜਿਹਾ ਵਪਾਰੀ ਤਾਂ ਫਿਰ ਵੀ ਮਿਲ ਜਾਏਗਾ, ਪਰ ਜਿਹੜਾ ਗਰੀਬਾਂ ਨੂੰ ਗਲਵੱਕੜੀਆਂ 'ਚ ਲੈ ਲੈਂਦਾ ਇਹੋ ਜਿਹਾ ਮੁੜ ਕੇ ਨਹੀਂ ਮਿਲਣਾ। ਮੈਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ 'ਤੇ ਹੀ ਜਾਣਾ ਹੈ। ਚਲੇ ਗਏ ਜਦੋਂ ਬੂਹੇ ਵੜਨ ਲੱਗੇ, ਅੱਗੇ ਤਾਂ ਰੋਕ ਟੋਕ ਸੀ ਨਾ, ਹੁਣ ਰੋਕ ਟੋਕ ਕੋਈ ਨਹੀਂ। ਜਦੋਂ ਬੂਹੇ ਵੜਨ ਲੱਗੇ ਅਤੇ ਅੱਗੇ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਖਲੋਤੇ ਨੇ, ਘਾਹ ਦੀ ਪੰਡ ਤਰਵਾਈ, ਗਲਵੱਕੜੀ ਪਾ ਲਈ, ਉਹਨੂੰ ਨਹੀਂ ਪਸੀਨੇ ਦਾ ਖਿਆਲ ਆਇਆ, ਗਲਵੱਕੜੀ ਪਾ ਕੇ ਮੱਥਾ ਚੁੰਮ ਕੇ ਕਹਿਣ ਲੱਗੇ, ਸਿੱਖਾ ਮੈਂ ਪਰਸੋਂ ਦਾ ਉਡੀਕਦਾ ਤੈਨੂੰ, ਤੈਨੂੰ ਚੇਤਾ ਨਹੀਂ ਆਇਆ ਮੇਰਾ? ਕਹਿਣ ਲੱਗੇ ਮੇਰਾ ਆਉਂਦਿਆ ਸਾਈਆਂ, ਘਰ ਦੀਆਂ ਜ਼ਿੰਮੇਵਾਰੀਆਂ ਸਨ, ਉਹਨਾਂ ਨੂੰ ਸੰਕੋਚ ਦਿਆਂ। ਤਿੰਨ ਦਿਨ ਲੰਘ ਗਏ, ਦਿਲ 'ਤੇ ਬੜਾ ਤੜਫਦਾ ਸੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦਾ, ਮਾਲਕ ਜੀ ਆਪਣੇ ਦਰ ਤੋਂ ਮੇਰੀ ਝੋਲੀ ਵਿੱਚ ਸੁੱਖ ਦੀ ਦਾਤ ਪਾ ਦੇ, ਨਾਮ ਦੀ ਦਾਤ ਪਾ ਦੇ। ਸਤਿਗੁਰਾਂ ਪਿਆਰ ਨਾਲ ਆਖਿਆ, ਕਹਿਣ ਲੱਗੇ ਭਲਿਆ, ਆ ਤੇਰੇ ਮੇਰੇ ਦਰ ਦੀ ਕਹਾਣੀ ਕਦੋਂ ਤੋਂ ਬਣਾ ਲਈ ਹੈ? ਇਹ ਤਾਂ ਹੈ ਹੀ ਤੇਰਾ ਦਰ ਹੈ, ਤੇਰੇ ਦਰ 'ਤੇ ਮੇਰੇ ਦਰ ਦੀ ਕਹਾਣੀ ਕਿਹੜੀ ਹੈ? ਘਰ ਹੀ ਤੇਰਾ ਹੈ, ਤੂੰ ਜੋ ਤੇਰਾ ਜੀ ਕਰਦਾ ਮੰਗ ਸਕਣਾ, ਜੋ ਤੇਰਾ ਜੀ ਕਰਦਾ ਲਿਜਾ ਸਕਣਾ। ਸਿੱਖ ਦੀਆਂ ਅੱਖਾਂ 'ਚ ਪਾਣੀ ਆ ਗਿਆ, ਉਹ ਮਰਿਆਂ ਦੀਆਂ ਦਾਤਿਆ, ਅਸੀਂ ਕਿਉਂ ਮਨੁੱਖਾਂ ਦੀ ਟੇਕ ਰੱਖ ਲੈਂਦੇ ਹਾਂ, ਅਸੀਂ ਕਿਉਂ ਗੁਰੂ ਦੀ ਟੇਕ ਨਹੀਂ ਰੱਖਦੇ? ਆਖਰੀ ਗੱਲ ਕਹਿ ਕੇ ਮੈਂ ਅਗਲੇ ਸ਼ਬਦਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਮੈਂ ਹੈਰਾਨ ਹੋ ਜਾਂਦਾ ਇਸ ਗੱਲ ਨੂੰ ਪੜ੍ਹ ਕੇ ਇਤਿਹਾਸ ਦੇ ਪੰਨਿਆਂ ਤੋਂ, ਕਿੱਡਾ ਸਿਆਣਾ ਹੋਵੇਗਾ ਉਸ ਵੇਲੇ ਦਾ ਬ੍ਰਾਹਮਣ ਜਿਹਨੂੰ ਇਹ ਪਤਾ ਲੱਗ ਗਿਆ ਵੀ ਜੇ ਮੈਂ ਆਪਣਾ ਤਿਲਕ ਜੰਝੂ ਬਚਾਉਣਾ ਹੈ ਤਾਂ ਮੈਂ ਟੇਕ ਗੁਰੂ ਘਰ ਦੀ ਲੈ ਲਾਂ। ਉਹ ਕਿੱਡਾ ਸਿਆਣਾ ਹੈ, ਉਹਨੂੰ ਪਤਾ ਮੇਰੇ ਕੋਲ ਪੂਜਣ ਜੋਗੇ 33 ਕਰੋੜ ਦੇਵੀ ਦੇਵਤੇ ਨੇ, ਮੇਰੇ ਮੰਦਰ ਬੜੇ ਨੇ, ਮੇਰੇ ਧਾਰਮਿਕ ਗ੍ਰੰਥ ਬੜੇ ਨੇ, ਮੇਰੀ ਵੀ ਉੱਚੀ ਸ਼੍ਰੇਣੀ ਹੈ, ਪਰ ਮੇਰਾ ਤਿਲਕ ਜੰਝੂ ਬਚਾਉਣ ਵਾਲਾ ਕੋਈ ਵੀ ਨਹੀਂ ਹੈ। ਉਹ ਟੇਕ ਲੈ ਕੇ, ਆਸਰਾ ਲੈ ਕੇ ਗੁਰੂ ਦੇ ਦਰ 'ਤੇ ਆ ਗਿਆ। ਜੇ ਅੱਜ ਉਹਦੇ ਮੱਥੇ 'ਤੇ ਤਿਲਕ ਲੱਗਿਆ ਹੋਇਆ ਨਾ, ਤਾਂ ਯਾਦ ਰੱਖੋ ਇਹ ਭਾਈ ਮਤੀ ਦਾਸ ਦੇ ਮੱਥੇ ਨੂੰ ਪਾੜ ਕੇ ਲੱਗੇ ਹੋਏ ਲਹੂ ਦਾ ਤਿਲਕ ਹੈ। ਜੇ ਅੱਜ ਉਹਦੇ ਗਲ 'ਚ ਪਾਇਆ ਹੋਇਆ ਜਨੇਊ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੰਦਰਾਂ ਦਾ ਵੱਟ ਕੇ ਪਾਇਆ ਹੋਇਆ ਜਨੇਊ ਹੈ। ਹੁਣ ਜਿਹੜੇ ਦੂਜੇ ਧਰਮਾਂ ਵਾਲੇ ਨੇ ਉਹ ਵੀ ਟੇਕ ਗੁਰੂ ਦੀ ਲੈ ਕੇ ਆਪਣਾ ਧਰਮ ਵੀ ਬਚਾ ਲਿਆ, ਮੰਦਰਾਂ ਦੇ ਦਰਵਾਜ਼ੇ ਵੀ ਖੁੱਲ੍ਹੇ ਨੇ, ਉਹਨਾਂ ਦੇ ਤਿਲਕ ਜੰਝੂ ਵੀ ਜਿਉਂਦੇ ਨੇ। ਪਰ ਅੱਜ ਦਾ ਜਿਹੜਾ ਸਿੱਖ ਉਹ ਬਾਬਿਆਂ ਦੀਆਂ ਝੂਠੀਆਂ ਲੋਕਾਂ ਦੀਆਂ ਝੂਠੇ ਦੇਹਧਾਰੀਆਂ ਦੀਆਂ ਖੁਸ਼ਾਮਦਾਂ ਕਰਕੇ ਗੁਰੂ ਦੀ ਟੇਕ ਤੋਂ ਨਿਮਿਕਲਾ ਹੋਇਆ, ਗੁਰੂ ਦੇ ਚਰਨਾਂ ਤੋਂ ਵਿਛੜ ਗਿਆ, ਭਟਕਦਾ ਫਿਰਦਾ। ਜਿਹਦੇ ਦਰ 'ਤੇ ਆ ਕੇ ਦੂਜਿਆਂ ਨੇ ਤਾਂ ਆਪਣੇ ਧਰਮਾਂ ਦੇ ਬੂਹੇ ਖੁੱਲ੍ਹੇ ਕਰ ਲਏ, ਪਰ ਆਪਣੇ ਧਰਮ ਦੇ ਬੂਹੇ ਬੰਦ ਕਰ ਰਿਹਾ। ਕਿਤੇ ਅੱਜ ਵੀ ਆਪਾਂ ਟੇਕ ਗੁਰੂ ਦੀ ਲੈ ਲਈਏ, ਆਸਰਾ ਗੁਰੂ ਦਾ ਲੈ ਲਈਏ। ਤੁਹਾਡੇ ਸਾਹਮਣੇ ਸਾਰੇ ਪ੍ਰਤੱਖ ਸਬੂਤ ਨੇ ਇਤਿਹਾਸ ਵਿੱਚ ਪਏ।
ਤੋ ਅੱਜ ਗੁਰਦੇਵ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਬਾਣੀ ਚੱਲਦੀ ਕਈ ਦਿਨਾਂ ਤੋਂ ਬੜੀਆਂ ਗਜਬ ਦੀਆਂ ਪਿਆਰ ਦੀਆਂ ਬਾਤਾਂ ਸਾਨੂੰ ਸਮਝਾਈਆਂ ਨੇ। ਇੱਕ ਇੱਕ ਚੀਜ਼ ਨੂੰ ਨਾਲ ਲੈ ਕੇ ਚੱਲੀਏ। ਇਹ ਬਿਲਾਵਲ ਰਾਗ ਚੱਲ ਰਿਹਾ, ਇਹਦੇ ਵਿੱਚ ਇੱਕ ਹੈਡੰਗ ਵੱਖਰੀ ਢੰਗ ਦਾ ਆਇਆ। ਯਾਨੜੀਏ ਕਹਿ ਕਰ ਗਾਵਣਾ, ਇਹ ਪਿੱਛੇ ਤੁਸੀਂ ਕਦੇ ਧਿਆਨ ਨਾਲ ਬਾਣੀ ਪੜ੍ਹੀ ਹੋਵੇ, ਜਿਹੜਾ ਹੁਣ ਅੰਕ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ 802 ਹੈ ਜਿੱਥੇ ਗੱਲ ਲਿਖੀ ਹੋਈ ਹੈ। ਪਰ ਇਸ ਤੋਂ ਪਹਿਲਾਂ 722 ਅੰਕ ਦੇ ਉੱਤੇ ਇੱਕ ਸ਼ਬਦ ਆਉਂਦਾ, ਉਹ ਸ਼ਬਦ ਤੁਹਾਨੂੰ ਯਾਦ ਹੀ ਹੋਣਾ ਮੇਰਾ ਖਿਆਲ ਹੈ ਬਹੁਤ ਸੰਗਤਾਂ ਨੂੰ। ਯਾਨੜੀਏ ਮਾਨੜਾ ਕਾਏ ਕਰੇ ਆਪਣੇ ਘਰ ਹਰ ਰੰਗੋ ਕੀ ਨਾ ਮਾਣੇ, ਸ਼ੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੈ, ਉੱਥੇ ਉਹ ਘਰ ਤੀਜਾ। ਉਹ ਸ਼ਬਦ ਵੀ ਤਿਲੰਗ ਰਾਗ ਦਾ, ਤਿਲੰਗ ਰਾਗ ਦਾ ਸ਼ਬਦ ਅਤੇ ਘਰ ਤੀਜਾ, ਇਹ ਬਿਲਾਵਲ ਰਾਗ ਦਾ ਸ਼ਬਦ ਅਤੇ ਘਰ ਦੂਜਾ, ਪਰ ਇਹਦੀ ਟੋਨ ਇੱਕ ਹੈ। ਇਹਦੀ ਸੋਚੀ ਦਿੰਦਿਆਂ ਗੁਰੂ ਜੀ ਨੇ ਉੱਤੇ ਹੈਡਿੰਗ ਲਿਖ ਦਿੱਤਾ। ਸਮਾਂ ਤਾਂ ਤੁਸੀਂ ਬਥੇਰਾ ਦਿੰਦੇ ਹੋ, ਫਿਰ ਵੀ ਗੁਰੂ ਘਰ ਦਾ ਖਜ਼ਾਨਾ ਹੀ ਐਡਾ ਵੱਡਾ ਵੀ ਮੈਂ ਜਦੋਂ ਵੀ ਫੋਲਦਾ ਅਤੇ ਆਪਣੇ ਕੋਲ ਵਕਤ ਘੱਟ ਜਾਂਦਾ। ਗੁਰੂ ਜੀ ਨੇ ਬੜੀਆਂ ਰਹਿਮਤਾਂ ਕੀਤੀਆਂ ਨੇ ਸਾਡੇ 'ਤੇ, ਉਹ ਇੱਕ ਇੱਕ ਗੱਲ ਸਾਨੂੰ ਸਮਝਾਈ ਹੈ। ਤੋ ਇੱਥੇ ਸਤਿਗੁਰੂ ਜੀ ਨੇ ਇੱਕ ਤਾਕੀਦ ਕੀਤੀ ਹੈ, ਇਹ ਘਰ ਹੈ। ਇਹ ਅਸਲ ਵਿੱਚ ਪਹਿਲਾਂ ਜਦੋਂ ਉਦੋਂ ਤਬਲਾ ਨਹੀਂ ਸੀ ਬਣਿਆ, ਉਦੋਂ ਮਿਰਦੰਗ ਹੁੰਦੇ ਸੀ। ਮਿਰਦੰਗ ਨੂੰ ਕਿਸੇ ਵੇਲੇ ਅਮੀਰ ਖੁਸਰੋ ਦੋ ਹੋਏ ਨੇ, ਇੱਕ ਜਹਾਂਗੀਰ ਦਾ ਪੁੱਤ ਹੋਇਆ, ਇੱਕ ਬਹੁਤ ਪੁਰਾਣਾ ਅਮੀਰ ਖੁਸਰੋ ਹੋਇਆ। ਅਮੀਰ ਖੁਸਰੋ ਨੇ ਮਿਰਦੰਗ ਨੂੰ ਵਿੱਚੋਂ ਵੱਢ ਕੇ ਤਬਲਾ ਬਣਾਇਆ ਸੀ। ਉਹ ਮਿਰਦੰਗ ਤੁਸੀਂ ਕਦੇ ਕਦਾਈ ਦੇਖੀ ਹੋਵੇ, ਜੇ ਨਹੀਂ ਦੇਖੀ ਤਾਂ ਉਹਦਾ ਛੋਟਾ ਜਿਹਾ ਰੂਪ ਇੱਕ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ। ਉਹ ਹੈ ਵੀ ਜਦੋਂ ਰਾਜਸਥਾਨੀ ਲੋਕ ਗੀਤ ਗਾਉਂਦੇ ਨੇ ਨਾ, ਲੰਮੀ ਜਿਹੀ ਢੋਲਕੀ ਹੁੰਦੀ, ਇੱਕ ਪਾਸੇ ਤੋਂ ਤਬਲੇ ਦਾ ਇੱਕ ਪਾਸਾ ਹੁੰਦਾ, ਦੂਜੇ ਪਾਸੇ ਥੋੜ੍ਹਾ ਜਿਹਾ ਚੌੜਾ ਜਿਹਨੂੰ ਆਪਾਂ ਡੁੱਗੀ ਕਹਿੰਦੇ ਹਾਂ, ਜਿਹੜਾ ਅੱਜ ਵੀ ਤਬਲੇ ਦੇ ਛੋਟੇ ਵਾਲੇ ਪਾਸੇ ਵੱਜਦਾ, ਉਹਨੂੰ ਪੁੜਾ ਕਹਿੰਦੇ ਨੇ, ਦੂਜੇ ਪਾਸੇ ਡੁੱਗੀ ਕਹਿੰਦੇ ਨੇ। ਇਸੇ ਤਰ੍ਹਾਂ ਮਿਰਦੰਗ ਜਿਹੜੀ ਸੀ, ਉਹਦਾ ਇੱਕ ਪਾਸੇ ਮੂੰਹ ਛੋਟਾ ਜਿਹਾ ਹੁੰਦਾ ਸੀ, ਦੂਜੇ ਪਾਸੇ ਵੱਡਾ ਜਿਹਾ, ਉਹਨੂੰ ਮਿਰਦੰਗ ਨੂੰ ਵੱਢ ਕੇ ਤਬਲਾ ਬਣਾਇਆ ਸੀ ਅਮੀਰ ਖੁਸਰੋ ਨੇ। ਅਤੇ ਉਸ ਤੋਂ ਜਿਹੜੇ ਉਦੋਂ ਘਰ ਗਾਏ ਜਾਂਦੇ ਸਨ ਮਿਰਦੰਗ ਦੇ, ਉਹ ਮਿਰਦੰਗ ਦੇ ਘਰਾਂ ਦੇ ਉੱਤੇ ਗਾਉਣ ਦੇ ਵਿੱਚ ਗੁਰਬਾਣੀ ਵਿੱਚ ਕਈ ਥਾਵਾਂ 'ਤੇ ਇਸ਼ਾਰੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਵੱਧ ਤੋਂ ਵੱਧ 17ਵੇਂ ਘਰ ਵਿੱਚ ਗਾਉਣ ਤੱਕ ਦੀ ਹੁਕਮ ਹੈ। ਰੋ ਵਿਚਾਰ ਇੱਕ ਵੱਖਰਾ ਪੱਖ ਹੈ, ਆਪਾਂ ਅੱਗੇ ਚੱਲੀਏ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਹੇ ਮੇਰੇ ਵਾਹਿਗੁਰੂ ਜੀ, ਹੇ ਮੇਰੇ ਪਰਮੇਸ਼ਰ ਜੀ, ਹੇ ਮੇਰੇ ਨਿਰੰਕਾਰ ਜੀ, ਮੇਰੇ ਮਨ ਵਿੱਚ ਕੇਵਲ ਤੇਰੀ ਟੇਕ ਹੈ, ਕੇਵਲ ਤੇਰਾ ਆਸਰਾ ਹੈ, ਕੇਵਲ ਤੇਰਾ ਸਹਾਰਾ ਹੈ। ਮੇਰੇ ਜੀਵਨ ਵਿੱਚ ਦੁੱਖ ਆ ਜਾਏ ਮੈਂ ਤਦ ਵੀ ਤੇਰਾ, ਮੇਰੇ ਜੀਵਨ ਵਿੱਚ ਸੁੱਖ ਆ ਜਾਏ ਮੈਂ ਤਦ ਵੀ ਤੇਰਾ। ਮੈਨੂੰ ਟੇਕ, ਮੈਨੂੰ ਆਸਰਾ, ਮੈਨੂੰ ਸਹਾਰਾ ਕੇਵਲ ਤੇਰਾ ਹੈ, ਹੋਰ ਕਿਸੇ ਚੀਜ਼ ਦਾ ਨਹੀਂ। ਇੱਕ ਦੋ ਮੈਂ ਬੇਨਤੀਆਂ ਫਿਰ ਕਰਨੀਆਂ ਚਾਹੁੰਦਾ, ਸਮਾਂ ਵੀ ਬਹੁਤ ਹੋ ਗਿਆ। ਕਥਾ ਸੁਣਨ ਦਾ ਤਾਂ ਲਾਭ ਹੈ, ਮੈਂ ਪਹਿਲੋਂ ਬੇਨਤੀ ਕੀਤੀ ਸੀ ਜਿਸ ਦਿਨ ਸ਼ੁਰੂਆਤ ਕੀਤੀ ਸੀ, ਆਪਣੇ ਮਨ 'ਚ ਜ਼ਰੂਰ ਦੇਖਿਓ ਵੀ ਮੇਰੇ 'ਚ ਬਦਲਾਅ ਕੀ ਆਇਆ। ਜੇ ਅੱਜ ਸ਼ਬਦ ਸੁਣ ਰਹੇ ਹੋ ਨਾ, ਤਾਂ ਅੱਜ ਇੱਕ ਪੱਕਾ ਭਰੋਸਾ ਕਰਕੇ ਜਾਈਏ ਆਪਣੇ ਮਨ ਵਿੱਚ ਵੀ ਮੈਂ ਰੱਬ ਤੋਂ ਬਿਨਾਂ, ਮੈਂ ਨਿਰਾਦਰ ਵੀ ਕਿਸੇ ਦਾ ਨਹੀਂ ਕਰਦਾ,
ਪਰ ਮੈਂ ਰੱਬ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ, ਨਿਰੰਕਾਰ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਆਸਰਾ ਨਹੀਂ ਰੱਖਣਾ। ਵੱਡੇ ਵੱਡੇ ਜੋਤਸ਼ੀ ਜਿਹੜੇ ਨੇ ਇਹ ਐਵੇਂ ਭਰਮ ਭੁਲੇਖਿਆਂ ਵਿੱਚ ਸਾਨੂੰ ਪਾਉਂਦੇ ਨੇ। ਜੇ ਕੋਈ ਜਾਣਦਾ, ਜੇ ਕੋਈ ਜਾਣਦਾ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਲਿਓ, ਜਦੋਂ ਸੁਨਾਮੀ ਲਹਿਰਾਂ ਆਈਆਂ ਸੀ ਤੁਸੀਂ ਉਦੋਂ ਕਿਉਂ ਨਹੀਂ ਦੱਸਿਆ? ਜੇ ਸਾਡਾ ਫਿਊਚਰ ਦੱਸ ਸਕਦੇ ਹੋ ਤਾਂ ਮਲੇਸ਼ੀਆ ਦਾ ਗੁਆਚਿਆ ਹੋਇਆ ਜਹਾਜ਼, ਉਹਨਾਂ ਦੇ ਜਿਹੜੇ ਘਰਦੇ ਸਨ ਪਿਆਰ ਵਾਲੇ, ਉਹ ਅੱਜ ਤੱਕ ਤੜਫਦੇ ਨੇ, ਤੁਸੀਂ ਜਹਾਜ਼ ਹੀ ਦੱਸ ਦਿਓ ਵੀ ਕਿੱਥੇ ਗਿਰਿਆ। ਲੋਕ ਲੱਭ ਲੈਣ ਜਾ ਕੇ ਆਪਣੇ ਪਰਿਵਾਰ ਦੀਆਂ ਲਾਸ਼ਾਂ। ਨਹੀਂ ਪਿਆਰ ਵਾਲੇ, ਉਹ ਸਾਡੇ ਭਰਮ ਭੁਲੇਖੇ ਨੇ। ਅੱਜ ਇੱਕ ਫੈਸਲਾ ਪੱਕੇ ਤੌਰ 'ਤੇ ਕਰ ਲਈਏ ਵੀ ਮੈਂ ਟੇਕ ਰੱਖਣੀ ਅਤੇ ਤੇਰੀ ਰੱਖਣੀ ਹੈ, ਆਸਰਾ ਰੱਖਣਾ ਤੇਰਾ ਰੱਖਣਾ, ਤੇਰੇ ਤੋਂ ਬਿਨਾਂ ਨਹੀਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਮੈਨੂੰ ਕਹਿਣ ਦੀ ਲੋੜ ਨਹੀਂ। ਤੁਸੀਂ ਬੜੀ ਵਾਰੀ ਦੇਖਿਆ ਹੋਵੇਗਾ ਕਿ ਚੁੰਬਕ ਲੈ ਲਓ, ਪਰ ਜਿਹੜੀ ਚੁੰਬਕ ਹੈ ਨਾ ਉਹ ਕੁਛ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, ਮੈਗਨੈਟ, ਹਰ ਚੀਜ਼ ਨੂੰ ਨਹੀਂ ਖਿੱਚਦੀ। ਤੁਸੀਂ ਉਹਦੇ ਨਾਲ ਕੱਪੜਾ ਲਾ ਕੇ ਦੇਖੋ, ਚੁੰਬਕ ਕੱਪੜੇ ਨਹੀਂ ਖਿੱਚਦਾ। ਤੁਸੀਂ ਉਹਦੇ ਨਾਲ ਮਿੱਟੀ ਲਾ ਕੇ ਦੇਖੋ, ਮਿੱਟੀ ਨੂੰ ਨਹੀਂ ਖਿੱਚਦਾ, ਹਰ ਚੀਜ਼ ਨੂੰ ਨਹੀਂ ਖਿੱਚਦਾ। ਪਰ ਦੇਖੋ ਤੁਸੀਂ ਧਰਤੀ ਜਿਹੜੀ ਉਹ ਇਹੋ ਜਿਹੀ ਚੁੰਬਕ ਹੈ ਜਿਹੜੀ ਸਭ ਚੀਜ਼ਾਂ ਨੂੰ ਖਿੱਚਦੀ ਹੈ, ਇਹ ਸਭ ਚੀਜ਼ਾਂ ਨੂੰ, ਦਰੱਖਤਾਂ ਨੂੰ ਵੀ ਖਿੱਚੀ ਬੈਠੀ ਹੈ, ਆਪਣੇ ਨਾਲ ਲਾਇਆ ਹੋਇਆ। ਜੇ ਧਰਤੀ ਦੀ ਖਿੱਚ ਮੁੱਕ ਜਾਏ ਤਾਂ ਆਪਾਂ ਤਾਂ ਦੋ ਪਲ 'ਚ ਖਤਮ ਹੋ ਜਾਈਏ। ਧਰਤੀ ਨੇ ਹਰੇਕ ਚੀਜ਼ ਨੂੰ ਖਿੱਚ ਕੇ ਆਪਣੇ ਨਾਲ ਜੋੜਿਆ ਹੋਇਆ, ਨਹੀਂ ਤਾਂ ਧਰਤੀ ਗੋਲ ਹੈ। ਜਿਹੜਾ ਮਾਲਕ, ਆਪਣੇ ਕੋਲ ਵਕਤ ਨਹੀਂ ਇੰਨਾ, ਜਿਹੜਾ ਮਾਲਕ ਏਡੀਆਂ ਵੱਡੀਆਂ ਰਹਿਮਤਾਂ ਵਰਸਾ ਸਕਦਾ, ਮਨਾ ਤੈਨੂੰ ਕਿਉਂ ਨਹੀਂ ਭਰੋਸਾ ਆਉਂਦਾ, ਤੈਨੂੰ ਕਿਉਂ ਨਹੀਂ ਯਕੀਨ ਆਉਂਦਾ? ਇਹ ਦੀਨ ਦੁਨੀਆ ਸਮੁੱਚੀ ਪਰਮੇਸ਼ਰ ਦੀ ਟੇਕ 'ਤੇ ਹੈ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ, ਅਬਰ ਸਿਆਣਪਾਂ ਬਿਰਥੀਆਂ ਪਿਆਰੇ। ਬਾਕੀ ਜਿਹੜੀਆਂ ਸਿਆਣਪਾਂ ਨੇ, ਚਲਾਕੀਆਂ ਨੇ, ਉਹ ਸਾਰੀਆਂ ਬਿਰਥੀਆਂ ਨੇ, ਬੇਅਰਥ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਰੱਖਣ ਕੋ ਤੁਮ ਏਕ, ਰੱਖਣ ਵਾਲਾ ਤੂੰ ਕੇਵਲ ਇੱਕ ਹੈ, ਇਹ ਤਾਂ ਸਾਨੂੰ ਭੁਲੇਖਾ ਹੈ। ਬਾਕੀ ਤਾਂ ਅਸਲ ਵਿੱਚ ਤਾਂ ਤੇਰੀ ਉਹ ਟੇਕ ਹੈ, ਅਸਲ ਵਿੱਚ ਰਾਖਾ ਤੂੰ ਹੀ ਹੈ। ਹੁਣ ਇਸ ਗੱਲ ਦਾ ਸਾਨੂੰ ਭਰੋਸਾ, ਦੇਖੋ ਦੋ ਸ਼ਬਦ ਹੁੰਦੇ ਨੇ, ਇੱਕ ਦਿਲਾਸਾ, ਇੱਕ ਭਰੋਸਾ। ਦਿਲਾਸਾ ਦੂਜਾ ਦਿੰਦਾ, ਭਰੋਸਾ ਆਪ ਨੂੰ ਕਰਨਾ ਪੈਂਦਾ। ਗੁਰਬਾਣੀ ਵਿੱਚੋਂ ਮੈਂ ਦੋਵੇਂ ਬਚਨ ਆਖਾਂ, ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ, ਤੇਰੇ ਤੇਰੇ ਸਿਵਕ ਕੋ ਭੌਕਸ਼ ਨਾਹੀ, ਜਮ ਨਹੀਂ ਆਵੇ ਨੀਰੇ, ਜੋ ਤੇਰਾ ਰੰਗ ਰਾਤੇ ਸਵਾਮੀ, ਤਿੰਨ ਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ। ਇਹ ਦਿਲਾਸਾ ਦਿੱਤਾ ਗੁਰੂ ਨੇ, ਹੌਸਲਾ ਦਿੱਤਾ ਵੀ ਰੱਬ ਦੀ ਬਖਸ਼ਿਸ਼ ਨੂੰ ਕੋਈ ਮੇਟ ਹੀ ਨਹੀਂ ਸਕਦਾ। ਕੋਈ ਕਿੱਲਾ ਸਿੱਟ ਜਾਏ, ਕੋਈ ਸਰੋਂ ਦਾ ਤੇਲ ਦੇ ਜਾਏ, ਕੋਈ ਧਾਗੇ ਤਬੀਤ ਕਰਾ ਜਾਏ, ਕੋਈ ਪੀਰ ਕੋਲੋਂ ਕਰਵਾ ਜਾਏ, ਕੁਛ ਕਰਵਾ ਜਾਏ, ਤੇਰੀ ਬਖਸ਼ ਨਾ ਮਿਟੇ ਕੋਈ। ਇਹ ਦਿਲਾਸਾ ਦਿੱਤਾ। ਹੁਣ ਜੇ ਦਿਲਾਸਾ ਦਿੱਤਾ ਤਾਂ ਭਰੋਸਾ ਆਪਾਂ ਨੇ ਕਰਨਾ, ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧੈ, ਤੇਰੀ ਸ਼ਰਨ ਤੇਰੇ ਪ੍ਰਭਾਸੈ। ਆ ਭਰੋਸਾ ਆਪ ਨਹੀਂ ਕਰਨਾ ਆਪਾਂ ਨੇ, ਭਰੋਸਾ ਬਣਿਆ ਬਣਾਇਆ ਨਹੀਂ ਮਿਲਦਾ, ਦਿਲਾਸਾ ਮਿਲ ਜਾਂਦਾ। ਮੈਂ ਤੁਹਾਨੂੰ ਕਹਿ ਸਕਦਾ ਵੀ ਤਕੜੇ ਹੋਵੋ, ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਹੌਸਲਾ ਰੱਖ ਬਈ, ਕੋਈ ਗੱਲ ਨਹੀਂ, ਇਹ ਦਿਲਾਸਾ ਹੈ। ਪਰ ਹੁਣ ਉਹਨਾਂ 'ਤੇ ਯਕੀਨ ਕਰਨਾ ਤਾਂ ਮੇਰਾ ਕੰਮ ਹੈ ਨਾ। ਸਤਿਗੁਰੂ ਰੋਜ਼ ਸਾਨੂੰ ਦਿਲਾਸਾ ਦਿੰਦੇ ਨੇ ਅਤੇ ਵਿਸ਼ਵਾਸ ਅਸੀਂ ਆਪ ਪੱਕਾ ਕਰਨਾ। ਆ ਵਿਸ਼ਵਾਸ ਪੱਕਾ ਕਰ ਲਈਏ, ਕੋਈ ਦੁਨੀਆ ਦੀ ਕਬਰ, ਕੋਈ ਦੁਨੀਆ ਦੇ ਇਹੋ ਜਿਹੇ ਕਰਮ ਕਾਂਡ ਉਹ ਮੇਰੀ ਜੀਵਨ ਦੀ ਰਾਖੀ ਨਹੀਂ ਕਰ ਸਕਦੇ। ਮੇਰੇ ਜੀਵਨ ਦੀ ਰਾਖੀ ਕੇਵਲ ਇੱਕ ਪਰਮੇਸ਼ਰ ਕਰ ਸਕਦਾ। ਅਵਰ ਸਿਆਣਪ ਬਿਰਥੀਆਂ ਪਿਆਰੇ, ਰੱਖਣ ਕੋ ਤੁਮ ਏਕ ਰਹਾਓ, ਸਤਿਗੁਰ ਪੂਰਾ ਜੇ ਮਿਲੇ ਪਿਆਰੇ, ਸੋਜਨ ਹੋਤ ਨਿਹਾਲਾ। ਜਿਹਨੂੰ ਪੂਰਾ ਗੁਰੂ ਮਿਲ ਜਾਏ ਉਹਨੂੰ ਸਭ ਤੋਂ ਵੱਡੀ ਦਾਤ ਕੀ ਮਿਲਦੀ? ਉਹ ਨਿਹਾਲ ਹੋ ਜਾਂਦਾ। ਨਿਹਾਲ ਦਾ ਅਰਥ ਹੁੰਦਾ ਸਦੀਵੀ ਖੁਸ਼ੀ। ਹੁਣ ਤਾਂ ਆਪਣੇ ਕੋਲ ਖੁਸ਼ੀਆਂ ਥੋੜ੍ਹੇ ਥੋੜ੍ਹੇ ਸਮੇਂ ਲਈ ਆਉਂਦੀਆਂ ਨੇ ਨਾ, ਔਰ ਤੁਸੀਂ ਦੇਖਿਓ ਮਨੁੱਖ ਨੇ
ਕਿੱਡੀ ਕੋਸ਼ਿਸ਼ ਕੀਤੀ, ਕਿਸੇ ਵੇਲੇ ਕੈਮਰੇ ਹੁੰਦੇ ਸੀ ਉਹਨੂੰ ਕੋਈ ਕੋਈ ਖਰੀਦਦਾ ਸੀ, ਅਤੇ ਕੋਈ ਕੋਈ ਆਪਣੇ ਜੀਵਨ ਦੀਆਂ ਖੁਸ਼ੀਆਂ ਦੇ ਪਲ ਕੈਦ ਕਰਕੇ ਰੱਖ ਲੈਂਦਾ ਸੀ। ਮਨੁੱਖ ਨੂੰ ਇਹਦੀ ਲੋੜ ਹੈ। ਉਹਨਾਂ ਲੋਕਾਂ ਨੇ ਵੀ ਸਮਝ ਲਿਆ ਜੇ ਹਰ ਫੋਨ ਵਿੱਚ ਕੈਮਰਾ ਆ ਗਿਆ ਤਾਂ ਕਿ ਮਨੁੱਖ ਜਦੋਂ ਵੀ ਕਦੇ ਖੁਸ਼ ਹੋਵੇ ਉਹ ਖੁਸ਼ੀ ਦੇ ਪਲ ਸੰਭਾਲ ਕੇ ਰੱਖ ਲਏ, ਕਿਉਂਕਿ ਰੋਜ਼ ਖੁਸ਼ ਨਹੀਂ ਹੁੰਦਾ, ਇਹ ਤਾਂ ਕਦੇ ਕਦੇ ਹੀ ਖੁਸ਼ ਹੁੰਦਾ ਹੈ, ਇਹ ਰੋਜ਼ ਖੁਸ਼ ਨਹੀਂ ਹੁੰਦਾ। ਤਾਂ ਕਰਕੇ ਅਸੀਂ ਖੁਸ਼ੀਆਂ ਦੇ ਪਲ ਆਪਣੇ ਕੋਲ ਸੰਭਾਲ ਕੇ ਰੱਖਣੇ। ਮੈਂ ਜਦੋਂ ਉਦਾਸ ਹੋਵਾਂ ਤਾਂ ਖੁਸ਼ੀਆਂ ਨੂੰ ਦੇਖ ਲਾਂ ਵੀ ਉਦੋਂ ਮੈਂ ਖੁਸ਼ ਹੋਇਆ ਸੀ। ਸਾਹਿਬ ਕਹਿੰਦੇ ਨਾ ਭਲਿਓ ਜਿਹਨੂੰ ਗੁਰੂ ਮਿਲ ਗਿਆ ਨਾ। ਸ਼ਬਦ ਮੈਂ ਇੱਕ ਵਾਰੀ ਫਿਰ ਪੜ੍ਹ ਦਿੰਦਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮੇਰੇ ਘਰ ਵਿੱਚ ਤਾਂ ਸਦੀਵ ਹੀ ਆਨੰਦ ਬਣ ਗਿਆ। ਇੱਥੇ ਤਾਂ ਹੁਣ ਰਾਗ ਰਤਨ ਚੱਲਦੇ ਨੇ, ਇੱਥੇ ਤਾਂ ਹੁਣ ਸ਼ਬਦ ਗਾਇਆ ਜਾਂਦਾ, ਇੱਥੇ ਹੁਣ ਸੋਗ ਦੀਆਂ ਬਾਤਾਂ ਨਹੀਂ ਹੈ। ਸਤਿਗੁਰੂ ਨੂੰ ਮਿਲ ਜਾਏ ਤੇ ਨਿਹਾਲ ਹੋ ਜਾਂਦਾ ਸਿੱਖ। ਸਾਹਿਬ ਜੀ ਆਖਦੇ ਨੇ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਓਤ ਨਿਹਾਲਾ। ਉਹ ਸੇਵਕ ਨਿਹਾਲ ਹੋ ਜਾਂਦਾ ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਣਸ ਜਾਏ, ਹਰ ਪਰਮ ਪਦ ਲਈਐ। ਉਹਦੇ ਜੀਵਨ ਵਿੱਚੋਂ ਭਟਕਣਾ ਦੂਰ ਹੋ ਜਾਂਦੀ ਹੈ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਿਆਲਾ। ਇਹ ਪੰਕਤੀਆਂ ਦਾ ਅੰਤਰੀ ਭਾਵ ਬੜੇ ਧਿਆਨ ਨਾਲ ਸਮਝਿਓ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਿਆਲਾ। ਹੁਣ ਜੇ ਇਹ ਗੱਲ ਆਪਾਂ ਕਹੀਏ ਭਈ ਮੈਂ ਵੀ ਤਾਂ ਭਾਂਡਿਆਂ ਦੀ ਸੇਵਾ ਕਰ ਲੈਂਦਾ, ਇਹ 'ਚ ਕਿਹੜੀ ਵੱਡੀ ਮੁਸ਼ਕਲ ਹੈ, ਮੈਂ ਵੀ ਤਾਂ ਗੁਰਦੁਆਰੇ ਦੀਆਂ ਚਾਦਰਾਂ ਸਿੱਧੀਆਂ ਕਰ ਸਕਦਾ, ਕੀ ਮੁਸ਼ਕਲ ਹੈ, ਇੱਥੇ ਪੋਚਾ ਹੀ ਫੇਰਨਾ ਮੈਂ ਫੇਰ ਲੈਂਦਾ, ਮੁਸ਼ਕਲ ਕੀ ਹੈ, ਸੇਵਾ ਦੀ ਐਡੀ ਵੱਡੀ ਕਿਉਂ ਮਹੰਤਾ ਹੈ। ਸਾਹਿਬ ਕਹਿੰਦੇ ਪੁੱਤ ਗੱਲ ਇਹ ਨਹੀਂ ਹੈ, ਜਿਵੇਂ ਦੀ ਸੇਵਾ ਤੂੰ ਕਰਨੀ ਉਹਨੂੰ ਪ੍ਰਵਾਨ ਨਹੀਂ ਹੋਣੀ, ਅਤੇ ਜਿਵੇਂ ਦੀ ਉਹਨੂੰ ਪ੍ਰਵਾਨ ਹੋਣੀ ਉਵੇਂ ਦੀ ਤੂੰ ਕਰ ਨਹੀਂ ਸਕਣੀ, ਤਾਂ ਇਹ ਰੱਬ ਦੀ ਰਹਿਮਤ ਹੈ। ਅਸੀਂ ਕਿਹੋ ਜਿਹੀ ਕਰਨੇ ਹਾਂ, ਅਸੀਂ ਕਰਦੇ ਹਾਂ ਸੇਵਾ ਹੰਕਾਰ ਵਿੱਚ, ਮੈਨੂੰ ਕੋਈ ਦੇਖੇ। ਤੁਸੀਂ ਕਦੇ ਦੇਖਿਓ ਜਿਹੜੀ ਥਾਵਾਂ 'ਤੇ ਲੋਕਾਂ ਦਾ ਆਉਣਾ ਜਾਣਾ, ਅਸੀਂ ਉਹ ਥਾਂ 'ਤੇ ਸੇਵਾ ਕਰਨੇ, ਉੱਥੇ ਦੇਖੋ ਕਿੰਨੇ ਪੋਚੇ ਲਾਉਣੇ। ਕਈ ਵਾਰੀ ਹੋਰ ਗੁਰੂ ਘਰ ਦੇ ਇਹੋ ਜਿਹੇ ਕੋਣੇ ਕਿਨਾਰੇ ਰਹਿ ਜਾਂਦੇ ਨੇ ਜਿੱਥੇ ਕੋਈ ਵੀ ਨਹੀਂ ਜਾਂਦਾ, ਕਿਉਂਕਿ ਉੱਥੇ ਦੇਖਣਾ ਕਿਸੇ ਨੇ ਨਹੀਂ। ਹੁਣ ਜਿਵੇਂ ਦੀ ਸੇਵਾ ਮੈਂ ਕਰਦਾ ਹੰਕਾਰ ਵਿੱਚ, ਉਵੇਂ ਦੀ ਉਹਨੂੰ ਪ੍ਰਵਾਨ ਨਹੀਂ, ਜਿਵੇਂ ਦੀ ਉਹਨੂੰ ਪ੍ਰਵਾਨ ਹੈ ਭਾਈ। ਉਹ ਆਖਦੇ ਨੇ ਗੁਰੂ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਉਵੇਂ ਮੇਰੇ ਕੋਲੋਂ ਨਹੀਂ ਹੁੰਦੀ, ਉਵੇਂ ਮੇਰੇ ਕੋਲੋਂ ਨਹੀਂ ਹੁੰਦੀ, ਜਿਵੇਂ ਮੇਰੇ ਕੋਲੋਂ ਹੁੰਦੀ ਉਵੇਂ ਉਹਨੂੰ ਪ੍ਰਵਾਨ ਨਹੀਂ, ਜਿਵੇਂ ਉਹਨੂੰ ਪ੍ਰਵਾਨ ਹੈ ਉਵੇਂ ਮੇਰੇ ਕੋਲੋਂ ਨਹੀਂ ਹੁੰਦੀ। ਆਹ ਸਤਿਗੁਰੂ ਦਿਆਲਤਾ ਕਰਦਾ, ਫਿਰ ਜਿਹਦੇ ਉੱਤੇ ਸਤਿਗੁਰੂ ਜੀ ਦਇਆ ਕਰਦਾ ਨਾ, ਫਿਰ ਉਹ ਸੇਵਾ ਤਾਂ ਕਰਦਾ ਪਰ ਉਹ ਚਿੱਤ ਲਾ ਕੇ ਕਰਦਾ, ਫਿਰ ਉਹਦੀ ਸੇਵਾ ਥਾਂ ਪੈ ਜਾਂਦੀ ਹੈ, ਉਹਦੀ ਸੇਵਾ ਥਾਂ ਪੈਂਦੀ। ਤਾਂ ਸਤਿਗੁਰੂ ਦਿਆਲ ਹੋ ਕੇ ਜਿਹਦੇ ਕੋਲੋਂ ਸੇਵਾ ਕਰਵਾਵੇ। ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਸ਼ਬਦ ਜੀ ਆਖਦੇ ਨੇ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਟਿਆਲਾ। ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ। ਉਹ ਸਫਲ, ਸਫਲ ਸ਼ਬਦ ਦੋ ਸ਼ਬਦਾਂ ਨਾਲ ਜੁੜ ਕੇ ਬਣਿਆ। ਸਫਲ ਦਾ ਅਰਥ ਹੁੰਦਾ ਹੈ ਫਲ ਸਮੇਤ, ਫਲ ਨਤੀਜਾ ਕਿਸੇ ਚੀਜ਼ ਦਾ, ਜਿਵੇਂ ਮਿਹਨਤ ਕੀਤੀ ਉਹਦਾ ਫਲ ਕੀ ਮਿਲਿਆ।
ਜਦੋਂ ਫਲ ਦੇ ਅੱਗੇ ਸੱਸਾ ਲਾ ਦਈਏ ਤਾਂ ਬਣ ਗਿਆ ਸਫਲ। ਸਫਲ ਦਾ ਮਤਲਬ ਤਾਂ ਫਲ ਸਮੇਤ। ਗੁਰੂ ਦੀ ਸੇਵਾ ਸਫਲ ਹੈ ਭਾਵ ਫਲ ਦੇ ਸਮੇਤ ਹੈ। ਇਹ ਕਦੇ ਵੀ ਐਸਾ ਨਹੀਂ ਹੁੰਦਾ, ਦੁਨੀਆਦਾਰਾਂ ਵਿੱਚ ਹੋ ਸਕਦਾ ਕੋਈ 10 ਦਿਨ 20 ਦਿਨ ਕੰਮ ਕਰਵਾ ਕੇ ਅਤੇ ਮੁੜ ਕੇ ਕਵੇ ਵੀ ਨਹੀਂ ਮੈਂ ਨਹੀਂ ਤੇਰੇ ਪੈਸੇ ਦੇਣੇ, ਤੂੰ ਵਿੱਚੋਂ ਛੱਡ ਚੱਲਿਆ ਜਾਂ ਕੋਈ ਬਹਾਨਾ ਲਾ ਦੇ। ਪਰ ਇਹਦੇ ਦਰ 'ਤੇ ਨਹੀਂ ਹੁੰਦਾ, ਇਹਦੇ ਦਰ 'ਤੇ ਨਹੀਂ ਹੁੰਦਾ। ਇਹਦੇ ਦਰ 'ਤੇ ਤਾਂ ਇੱਕ ਤਿਲ ਨਹੀਂ ਭੰਨੇ ਘਾਲੇ, ਇੱਕ ਤਿਲ ਮਾਤਰ ਦੀ ਵੀ ਕੀਤੀ ਹੋਈ ਕਮਾਈ ਤੁਹਾਡੀ ਅਜਾਈ ਨਹੀਂ ਜਾਂਦੀ। ਇਹ ਨਹੀਂ ਕਿਸੇ ਦਾ ਹੱਕ ਦੱਬਦਾ। ਤੁਹਾਡਾ ਇੱਕ ਵਾਰੀ ਕਰਵਟ ਬਦਲ ਕੇ ਵਾਹਿਗੁਰੂ ਕਹਿਣਾ ਵੀ ਲੇਖੇ ਵਿੱਚ ਹੈ, ਇਹ 'ਚ ਸਫਲ ਹੁੰਦਾ। ਤਾਂ ਗੁਰਦੇਵ ਜੀ ਆਖਦੇ ਨੇ, ਕਹਿੰਦੇ ਸਫਲ ਮੂਰਤ ਫਲ ਦੇਣ ਵਾਲੀ ਤਾਕਤ ਹੈ। ਗੁਰਦੇਵ ਸੁਆਮੀ, ਮੇਰਾ ਗੁਰਦੇਵ ਜਿਹੜਾ ਸੁਆਮੀ ਦਾ ਅਰਥ ਹੁੰਦਾ ਮਾਲਕ, ਸਰਬ ਕਲਾ ਭਰਪੂਰੇ, ਕਲਾ ਦਾ ਅਰਥ ਹੁੰਦਾ ਤਾਕਤ। ਇੱਥੇ ਮੈਨੂੰ ਫਿਰ ਇੱਕ ਰੁਕ ਕੇ ਬੇਨਤੀ ਕਰਨੀ ਪੈਣੀ ਹੈ, ਤੁਸੀਂ ਬੜੇ ਧਿਆਨ ਨਾਲ ਸਮਝੋ, ਮੇਰੀ ਕੋਸ਼ਿਸ਼ ਹੁੰਦੀ ਬਹੁਤ ਸਾਦੀਆਂ ਉਦਾਹਰਣਾਂ ਦੇ ਕੇ ਤੁਹਾਡੇ ਨਾਲ ਸਾਂਝੀਆਂ ਕਰਾਂ ਗੱਲਾਂ। ਤੁਸੀਂ ਕਦੇ ਅੱਖਾਂ ਦੇ ਡਾਕਟਰ ਕੋਲ ਜਾ ਕੇ ਉਹਨੂੰ ਕਿਹੋ ਵੀ ਮੈਨੂੰ ਹਾਰਟ ਦੇ 'ਚ ਦਿਲ 'ਚ ਤਕਲੀਫ ਲੱਗਦੀ ਹੈ ਅਤੇ ਚੈੱਕ ਕਰਿਓ ਤਾਂ। ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਅੱਖਾਂ ਦਾ ਡਾਕਟਰ ਹੈ, ਮੇਰੇ ਕੋਲੋਂ ਨਹੀਂ ਹੋਣਾ, ਤੁਸੀਂ ਕਿਸੇ ਹਾਰਟ ਵਾਲੇ ਕੋਲ ਜਾਓ। ਕਿਸੇ ਹਾਰਟ ਸਪੈਸ਼ਲਿਸਟ ਕੋਲੋਂ ਉਹਨੂੰ ਪੁੱਛਿਓ ਵੀ ਮੇਰੀ ਕਿਡਨੀ 'ਚ ਪ੍ਰੋਬਲਮ ਲੱਗਦੀ ਹੈ, ਤਿੰਨ ਚੈੱਕ ਕਰਿਓ ਤਾਂ। ਉਹ ਕਹਿੰਦਾ ਨਹੀਂ ਮਾਫ ਕਰਨਾ, ਮੈਂ ਕਿਡਨੀ ਨਹੀਂ ਚੈੱਕ ਕਰ ਸਕਦਾ। ਕੋਈ ਲੀਵਰ ਦਾ ਸਪੈਸ਼ਲਿਸਟ ਹੈ, ਕੋਈ ਕਿਡਨੀ ਦਾ, ਕੋਈ ਹਾਰਟ ਦਾ, ਕੋਈ ਬ੍ਰੇਨ ਦਾ, ਕੋਈ ਗਲੇ ਦਾ, ਕੋਈ ਕਿਸੇ ਚੀਜ਼ ਦਾ, ਕੋਈ ਕਿਸੇ ਚੀਜ਼ ਦਾ। ਇੰਨੀਆਂ ਲੰਮੀਆਂ ਪੜ੍ਹਾਈਆਂ ਕਰ ਕਰਕੇ ਉਹਨੇ ਸਿਰਫ ਇੱਕ ਅੰਗ ਉਹਦਾ ਡਾਕਟਰ ਬਣਿਆ, ਉਹ ਸਿਰਫ ਇੱਕ ਅੰਗ ਦਾ, ਬਾਕੀ ਨਹੀਂ। ਹੁਣ ਹਜ਼ੂਰ ਆਖਦੇ ਨੇ, ਕਹਿੰਦੇ ਉਹ ਇੱਕ ਕੰਮ ਇੱਕ ਅੰਗ ਦਾ ਸਪੈਸ਼ਲਿਸਟ ਬਣਿਆ। ਮਨਾ ਜੀ ਨੇ ਸਾਰੇ ਬਣਾਏ ਨੇ, ਉਹ ਕਿੱਡਾ ਕੁ ਸਮਰੱਥ ਹੋਏਗਾ। ਪੰਗਤੀ ਆਨੰਦ ਸਾਹਿਬ 'ਚ ਫਿਰ ਕਹਿਣ ਲੱਗਾ, ਇਹ ਮਨ ਮੇਰਿਆ ਤੂੰ ਸਦਾ ਰੋਹਣ ਨਾਲ ਲੈ। ਕਹਿਣ ਲੱਗਿਆ ਜੇ ਮੈਂ ਰੱਬ ਨਾਲ ਰਹਿਣ ਲੱਗ ਗਿਆ ਤਾਂ ਮੇਰੇ ਕੰਮ ਕਾਰ ਕੌਣ ਕਰੇਗਾ? ਹਜ਼ੂਰ ਕਹਿੰਦੇ ਉਹ ਕਰ ਦੇਗਾ, ਰੱਬ ਕਰ ਦੇਗਾ। ਮੈਂ ਸ਼ਬਦ ਹੀ ਪੜ੍ਹਦਿਆਂ ਸਮਾਂ ਥੋੜ੍ਹਾ, ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲ ਨਹੀਂ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਇਹ ਪਹਿਲੀ ਚੀਜ਼ ਹੈ, ਅੰਗੀਕਾਰ ਉਹ ਕਰੇ ਤੇਰਾ ਤੈਨੂੰ ਪ੍ਰਵਾਨ ਕਰ ਲੇਗਾ। ਅੰਗੀਕਾਰ ਦਾ ਅਰਥ ਹੁੰਦਾ ਪ੍ਰਵਾਨ ਕਰ ਲੈਣਾ, ਅੰਗੀਕਾਰ ਉਹ ਕਰੇ ਤੇਰਾ। ਤੀਜੀ ਗੱਲ ਕੀ ਹੈ, ਕਾਰਜ ਸਭ ਸੁਵਾਰਨਾ। ਹੁਣ ਬੰਦੇ ਨੂੰ ਸ਼ੱਕ ਪੈਦਾ ਹੋ ਗਈ, ਕਹਿਣ ਲੱਗੇ ਇੱਕੋ ਬੰਦਾ ਇੰਨੇ ਕੰਮ ਕਿਵੇਂ ਕਰ ਸਕਦਾ? ਕਹਿਣ ਲੱਗੇ ਨਹੀਂ ਨਹੀਂ ਉਹ ਤਾਂ ਕਰ ਸਕਦਾ ਕਿਉਂਕਿ ਸਭਨਾ ਗੱਲਾਂ ਸਮਰੱਥ ਸੁਆਮੀ। ਪੰਕਤੀ ਫਿਰ ਮੈਂ ਪੜ੍ਹ ਦਿੰਦਾ, ਸਭਨਾ ਗੱਲਾਂ ਸਮਰੱਥ ਸੁਆਮੀ। ਕੋਈ ਇੱਕ ਚੀਜ਼ ਦਾ ਸਪੈਸ਼ਲਿਸਟ ਹੋ ਸਕਦਾ, ਉਹ ਸਾਰੀਆਂ ਗੱਲਾਂ 'ਚ ਸਪੈਸ਼ਲਿਸਟ ਹੈ। ਸਭਨਾ ਗੱਲਾਂ ਸਮਰੱਥ ਸੁਆਮੀ। ਅੱਜ ਆਪਾਂ 21ਵੀਂ ਸਦੀ 'ਚ ਜੀਉ ਰਹੇ ਹਾਂ, ਕਿੰਨਾ ਕੁਛ ਮਨੁੱਖ ਨੇ ਪੈਦਾ ਕਰ ਲਿਆ, ਫਿਰ ਵੀ ਕਿਸੇ ਸਾਇੰਸਦਾਨ ਨੂੰ ਤੁਸੀਂ ਇੱਕ ਟਿਫਨ ਦਿਓ ਵੀ ਲੈ ਛੱਡਣਾ, ਜਿਹੜਾ ਤੁਸੀਂ ਕਹਿੰਦੇ ਮੈਂ ਉਹ ਖਾਣਾ ਵਿੱਚ ਪਾ ਦਿੰਦਾ, ਟਿਫਨ ਲੈ ਜਾਓ, ਸ਼ਾਮ ਤੱਕ ਇਹਦੇ ਖੂਨ ਦੀ ਬੋਤਲ ਬਣਾ ਲਿਆਇਓ। ਉਹ ਕਹਿੰਦਾ ਨਹੀਂ ਨਹੀਂ ਇਹਦੀ ਖੂਨ ਦੀ ਬੋਤਲ ਨਹੀਂ ਬਣਨੀ, ਐਡੀਆਂ ਫੈਕਟਰੀਆਂ, ਐਡੇ ਕਾਰਖਾਨੇ ਲੱਗ ਗਏ ਅਤੇ ਕਿਸੇ ਕੋਲੋਂ ਵੀ ਨਹੀਂ ਹੁੰਦਾ। ਕਹਿੰਦੇ ਨਹੀਂ ਕਿਸੇ ਕੋਲੋਂ ਵੀ ਨਹੀਂ ਹੁੰਦਾ, ਅਤੇ ਰੱਬ ਦਾ ਕਦੋਂ ਦਾ ਕਾਰਖਾਨਾ ਬਣਿਆ ਹੋਇਆ ਜਿਹੜਾ ਖਾਂਦਾ ਟਿਫਨ ਹੈ, ਖਾਂਦਾ ਪ੍ਰਸ਼ਾਦਾ ਪਾਣੀ ਹੈ ਅਤੇ ਖੂਨ ਦੀਆਂ ਬੋਤਲਾਂ ਬਣਾਈ ਜਾਂਦਾ। ਜਦੋਂ ਕਿਸੇ ਨੂੰ ਖੂਨ ਦੇਣਾ ਹੋਵੇ ਤਾਂ ਇਸ ਫੈਕਟਰੀ 'ਚੋਂ ਲੈਂਦੇ ਨਾ ਆਪਾਂ। ਸਭ ਨਾਲ ਗੱਲਾਂ ਸਮਰੱਥ ਸੁਆਮੀ। ਫਿਰ ਹੈਰਾਨੀ ਦੀ ਗੱਲ ਇਹ ਹੈ ਵੀ ਇਹ ਤਾਂ ਚਲੋ ਫਿਰ ਵੀ ਕਿੱਡਾ ਵੱਡਾ ਸਰੀਰ ਹੈ, ਤੇਰੇ 'ਚ ਪੁਰਜੇ ਫਿੱਟ ਕਰਨੇ ਵੀ ਰੱਬ ਨੂੰ ਸੌਖੇ ਹੋਣਗੇ। ਕੀੜੀ ਕਿੰਨੀ ਕੁ ਹੈ, ਕੀੜੀ ਕਿੰਨੀ ਕੁ ਹੈ? ਕੰਮ ਤਾਂ ਕਾਰਖਾਨਾ ਤਾਂ ਉਹ ਵੀ ਹੈ ਨਾ, ਉਹ ਖਾਂਦੀ ਜਿਹੜਾ ਕਿਣਕ ਹੈ ਉਹਦਾ ਖੂਨ ਬਣਾਉਂਦੀ ਹੈ। ਕੀੜੀ ਕਿਤੇ ਪੈਰਾਂ ਥੱਲੇ ਆ ਕੇ ਮਰ ਜਾਏ, ਉਹਦੇ 'ਚੋਂ ਖੂਨ ਨਿਕਲ ਜਾਂਦਾ। ਮੱਛਰ ਕਿੰਨਾ ਕੁ ਹੈ, ਇੰਨਾ ਕੁ ਮੱਛਰ ਵੀ ਖਾਂਦਾ ਕਿਣਕੇ ਅਤੇ ਯਾਦ ਰੱਖਿਓ ਖੂਨ ਪ੍ਰਗਟ ਕਰ ਦਿੰਦਾ। ਅਤੇ ਰੱਬ ਨੇ ਕਿੰਨੇ ਕਿੰਨੇ ਛੋਟੇ ਛੋਟੇ ਕਾਰਖਾਨੇ ਬਣਾ ਦਿੱਤੇ, ਵੱਡੇ ਵੱਡੇ ਕਾਰਖਾਨੇ ਬਣਾ ਦਿੱਤੇ। ਸਭਨਾ ਗੱਲਾਂ ਸਮਰੱਥ ਸੁਆਮੀ। ਉਹਦੀ ਟੇਕ ਲੈ ਉਹ ਮਨਾ, ਉਹਦੀ ਟੇਕ ਲੈ।
ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ। ਕਹਿਣ ਲੱਗੇ ਉਹ ਗੁਰ ਪਾਰ ਬ੍ਰਹਮ ਪਰਮੇਸ਼ਰ ਹੈ, ਸਦੀਵ ਕਾਲ ਉਹਦੀ ਹਜ਼ੂਰੀ ਵਿੱਚ ਰਿਹਾ, ਸਦਾ ਹੀ ਨੇੜੇ ਰਹਿੰਦਾ ਉਹ, ਅਸੀਂ ਉਹਦੀ ਹਜ਼ੂਰੀ 'ਚ ਰਿਹਾ ਸੁੱਖ ਮਾਣ ਸਕਦੇ ਹਾਂ। ਸੁਣ ਸੁਣ ਜੀਵਾਂ ਸੋਏ ਤਿਨ੍ਹਾਂ ਕੀ ਜਿਨ ਆਪਣਾ ਪ੍ਰਭ ਜਾਤਾ। ਮੈਨੂੰ ਤਾਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਬੜਾ ਆਨੰਦ ਆਉਂਦਾ ਹੈ, ਜਿਨ੍ਹਾਂ ਨੇ ਇਹ ਗੱਲਾਂ ਸੁਣ ਕੇ ਰੱਬ ਨੂੰ ਮੰਨ ਲਿਆ ਵੀ ਹਾਂ ਠੀਕ ਹੈ ਵੀ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੇਰੀ ਟੇਕ ਆਸਰੇ 'ਤੇ ਰਵਾਂਗਾ, ਮੈਂ ਛੱਡ ਦਿੱਤੇ ਵਰਤ ਰੱਖਣੇ, ਮੈਂ ਛੱਡ ਦਿੱਤੀ ਦੂਜੀ ਪੂਜਾ ਪਾਠ ਕਰਨੀ। ਹਰ ਨਾਮ ਅਰਾਧੈ, ਹਰ ਨਾਮ ਬਖਾਣੈ, ਹਰ ਨਾਮੇ ਕੀ ਮਨ ਰਾਤਾ। ਹਰ ਨਾਮ ਅਰਾਧੈ, ਹਰੀ ਦੇ ਨਾਮ ਨੂੰ ਇਹ ਅਰਾਧਦੇ ਨੇ, ਜਿੱਥੇ ਕਿੱਥੇ ਬੈਠ ਕੇ ਗੱਲਾਂ ਕਰਦੇ ਨੇ ਹਰੀ ਦੇ ਨਾਮ ਦੀਆਂ ਹੀ ਕਰਦੇ ਨੇ, ਆਪਣਾ ਮਨ ਵੀ ਉਹਨਾਂ ਦਾ ਹਰੀ ਦੇ ਨਾਮ ਵਿੱਚ ਹੀ ਜੁੜਿਆ ਰਹਿੰਦਾ, ਉਹਦੇ ਵਿੱਚ ਹੀ ਰੱਟਿਆ ਰਹਿੰਦਾ, ਕਦੇ ਪਾਸੇ ਨਹੀਂ ਜਾਂਦਾ। ਇਹ ਧਾਰਨ ਕਰੀਏ, ਜੀਵਨ ਵਿੱਚ ਧਰਮ ਦਾ ਅਰਥ ਹੀ ਹੁੰਦਾ ਧਾਰਨ ਕਰਨ ਵਾਲੀ ਚੀਜ਼। ਧਰਮ ਦਾ ਅਰਥ ਹੈ ਅਖਰੀ ਤ੍ਰੀ ਸ਼ਬਦ ਤੋਂ ਬਣਿਆ ਹੈ, ਧਾਰਨ ਕਰਨ ਵਾਲੀ। ਅਸੀਂ ਇੱਥੇ ਧਾਰਨ ਕਰਨ ਆਉਂਦੇ, ਅਸੀਂ ਇੱਥੋਂ ਕੁਝ ਸਿੱਖਣ ਆਉਂਦੇ, ਅਸੀਂ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਆਉਂਦੇ ਹਾਂ। ਮੈਂ ਤੇ ਬਹੁਤ ਵਾਰੀ ਬੇਨਤੀ ਕਰਨਾ, ਨਿੱਤ ਜੀ ਸਾਡੀ ਜ਼ਿੰਦਗੀ ਹੈ, ਕਿਤੇ ਆਪਾਂ $2 ਦੀ ਕੋਈ ਚੀਜ਼ ਲਈਏ ਨਾ ਭੁੱਲ ਜਾਈਏ ਅਤੇ ਘਰ ਚਲੇ ਜਾਈਏ ਖਾਲੀ। ਅਬਲਾ ਤਾਂ ਉਸੇ ਵੇਲੇ ਅਸੀਂ ਫੋਨ ਕਰਨੇ ਹਾਂ ਉਸ ਸਟੋਰ ਦੇ ਵੀ ਮੈਂ ਇੱਥੇ $2 ਦੀ ਕੋਈ ਚੀਜ਼ ਖਰੀਦੀ ਸੀ ਭੁੱਲ ਗਿਆ। ਜੇ ਉਸ ਵੇਲੇ ਸਟੋਰ ਬੰਦ ਵੀ ਹੋ ਜਾਏ ਤਾਂ ਦੂਜੇ ਦਿਨ ਜ਼ਰੂਰ ਆਉਂਦੇ ਵੀ ਇੱਥੇ $2 ਦੀ ਚੀਜ਼ ਲੈ ਕੇ ਮੈਂ ਭੁੱਲ ਗਿਆ ਸੀ, ਨਹੀਂ ਬਰਦਾਸ਼ਤ ਕਰਦੇ ਕਿਉਂਕਿ ਮੈਂ ਪੈਸੇ ਦੇ ਕੇ ਖਰੀਦ ਕੇ ਫਿਰ ਘਰ ਖਾਲੀ ਨਹੀਂ ਜਾਣਾ ਚਾਹੁੰਦਾ। ਮੈਂ ਇੱਕ ਵੀ ਕਦੇ ਇਹੋ ਜਿਹਾ ਬੰਦਾ ਨਹੀਂ ਵੇਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੂਜੇ ਦਿਨ ਆ ਕੇ ਕਵੇ ਸਤਿਗੁਰੂ ਜਿਹੜਾ ਤੂੰ ਹੁਕਮ ਕਰ ਦਿੱਤਾ ਸੀ ਨਾ ਉਹ ਮੈਂ ਇੱਥੇ ਹੀ ਭੁੱਲ ਗਿਆ ਅਤੇ ਮੈਂ ਘਰ ਨਹੀਂ ਲੈ ਕੇ ਗਿਆ। ਅਤੇ ਮੈਂ ਭੁੱਲ ਕੇ ਇੱਕ ਦਿਨ ਨਹੀਂ ਜਾਂਦਾ, ਕਰੀਬ ਮੈਂ ਰੋਜ਼ ਹੀ ਭੁੱਲ ਕੇ ਜਾਂਦਾ, ਰੋਜ਼ ਹੀ ਭੁੱਲ ਕੇ ਜਾਂਦਾ। ਕਿਰਪਾ ਕਰ, ਮੈਂ ਅੱਜ ਤੇਰੇ ਦਰ 'ਤੇ ਮੁੜ ਕੇ ਆਇਆ ਵੀ ਜਿਹੜਾ ਉਪਦੇਸ਼ ਮੈਂ ਤੇਰਾ ਦਿੱਤਾ ਸੀ ਨਾ ਉਹ ਭੁੱਲ ਗਿਆ। ਮੈਂ ਛੋਟੀ ਜਿਹੀ ਉਦਾਹਰਨ ਦੇਣ ਲੱਗਿਆ, ਬਿਲਕੁਲ ਛੋਟੀ ਜਿਹੀ। ਭੂਮੀਆਂ ਚੋਰ ਕਿੱਡਾ ਚੰਗਾ ਸੀ, ਉਹਨੇ ਗੁਰੂ ਨਾਨਕ ਸਾਹਿਬ ਜੀ ਕੋਲੋਂ 3 ਉਪਦੇਸ਼ ਲਏ। ਸਾਹਿਬ ਜੀ ਨੂੰ ਮੱਥਾ ਟੇਕਿਆ ਆ ਕੇ ਹਜ਼ੂਰ ਕਹਿਣ ਲੱਗੇ ਕੀ ਕਰਦਾ ਹੁੰਦਾ? ਕਹਿੰਦਾ ਕਰਦਾ ਤਾਂ ਬੜੇ ਬੁਰੇ ਕੰਮ ਹੈ ਪਰ ਮੈਂ ਦੱਸਣ ਜੋਗਾ ਨਹੀਂ। ਹਜ਼ੂਰ ਕਹਿੰਦੇ ਦੱਸ। ਕਹਿਣ ਲੱਗੇ ਜੇ ਦੱਸ ਵੀ ਦਿੱਤਾ ਪਰ ਮੈਂ ਤਾਂ ਵੀ ਨਹੀਂ ਕੁਛ ਬਣਨਾ ਕਿਉਂਕਿ ਮੈਂ ਛੱਡਣੇ ਨਹੀਂ ਉਹ ਕੰਮ ਕਰਨੇ। ਹਜ਼ੂਰ ਕਹਿੰਦੇ ਛੱਡੀ ਬਿਨਾਂ ਕੀ ਕਰਦਾ ਹੁੰਦਾ? ਕਹਿੰਦੇ ਚੋਰੀਆਂ ਕਰਦਾ ਹੁੰਦਾ। ਸਾਹਿਬ ਕਹਿੰਦੇ ਨਾ ਛੱਡੀ ਕੋਈ ਇਤਰਾਜ਼ ਨਹੀਂ, ਕਰੀ ਜਾਂ ਚੋਰੀਆਂ ਤਾਂ ਕੀ ਹੋਇਆ। ਕਹਿਣ ਲੱਗੇ ਫਿਰ ਜੇ ਚੋਰੀਆਂ ਕਰਨੀਆਂ ਤੁਹਾਡੇ ਕੋਲ ਆਉਣ ਦਾ ਕੀ ਲਾਭ ਹੋਇਆ? ਹਜ਼ੂਰ ਕਹਿਣ ਲੱਗੇ ਲਾਭ ਇਹ ਆ ਵੀ ਤੈਨੂੰ ਮੈਂ 3 ਉਪਦੇਸ਼ ਦਿੰਦਾ ਉਹਨੂੰ ਕਮਾ ਲਈ, ਚੋਰੀਆਂ ਵੀ ਕਰੀ ਜਾ। ਕਹਿਣ ਲੱਗੇ ਕਿਹੜਾ? ਕਹਿੰਦੇ ਇੱਕ ਤਾਂ ਗਰੀਬ ਮਾਰ ਨਾ ਕਰੀ। ਮਨ ਵਿੱਚ ਨਾਲ ਦੀ ਨਾਲ ਸੋਚਦਾ ਕਹਿੰਦਾ ਇਹ ਤਾਂ ਮੈਂ ਉਪਦੇਸ਼ ਕਮਾ ਲਾਂਗਾ, ਮੈਂ ਗਰੀਬ ਮਾਰ ਕਾਹਦੀ ਕਰਨੀ, ਗਰੀਬਾਂ ਦੇ ਘਰੋਂ ਚੁੱਕਣਾ ਕੀ ਹੈ, ਉੱਥੇ ਤਾਂ ਮੈਂ ਜਾਣਾ ਹੀ ਨਹੀਂ। ਕਹਿਣ ਲੱਗੇ ਗਰੀਬ ਮਾਰ ਨਾ ਕਰੀ, ਦੂਜੀ ਗੱਲ ਹੈ ਝੂਠ ਨਾ ਬੋਲੀ, ਤੀਜੀ ਗੱਲ ਹੈ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੀ। ਕਹਿੰਦੇ ਝੂਠ ਵੀ ਮੈਨੂੰ ਬੋਲਣ ਦੀ ਲੋੜ ਨਹੀਂ, ਮੈਂ ਤਾਂ ਰਾਤ ਨੂੰ ਜਾਣਾ, ਸਾਰੇ ਸੁੱਤੇ ਪਏ ਹੁੰਦੇ ਨੇ। ਲੂਣ ਵੀ ਮੈਂ ਜਿਹਨਾਂ ਦੇ ਘਰ ਆਉਂਦਾ ਜਾਂਦਾ ਉਹਨਾਂ ਦੇ ਖਾਣਾ ਅਤੇ ਉਹਨਾਂ ਦੇ ਘਰ ਮੈਂ ਚੋਰੀ ਨਹੀਂ ਕਰਦਾ, ਮੈਨੂੰ ਕੋਈ ਮੁਸ਼ਕਲ ਨਹੀਂ। ਕਹਿੰਦੇ ਠੀਕ ਹੈ। ਹੁਣ ਉਹ ਸ਼ਾਹ ਦੇ ਗਏ ਅਤੇ ਇੱਕ ਦਿਨ ਅਚਾਨਕ ਪੰਡ ਬੰਨ ਕੇ ਸਾਰੇ ਸਾਜੋ ਸਮਾਨ ਦੀ ਮਨ ਵਿੱਚ ਵਿਚਾਰ ਬਣੀ, ਮੈਂ ਦੇਖਾਂ ਕੀ ਖਾ ਰਿਹਾ ਹੋਵੇਗਾ। ਜਦੋਂ ਖਾਣ ਲੱਗਾ ਉਹਨੇ ਦੇਖਿਆ ਉਹਦੇ 'ਚ ਚੂਰਨ ਦੇ ਵਿੱਚ ਉਹਦੇ 'ਚ ਨਮਕ ਹੈ, ਉੱਥੇ ਹੀ ਛੱਡ ਦਿੱਤਾ ਸਮਾਨ। ਹੁਣ ਜਿਹੜੀ ਗੱਲ ਕਰਨ ਵਾਲੀ ਉਹ ਇਹ ਹੈ, ਸਾਡੇ ਤੋਂ ਕਿੱਡਾ ਚੰਗਾ ਉਹ। ਉਹਨੇ ਫੈਸਲਾ ਕੀਤਾ, ਕਹਿਣ ਲੱਗੇ ਭੂਮੀਆਂ ਜਾਂ ਤਾਂ ਅੱਜ ਆ ਪੰਡ ਲੈ ਜਾ ਬੰਨੀ ਹੋਈ ਕੀਮਤੀ ਸਮਾਨ ਦੀ, ਜਾਂ ਗੁਰੂ ਦਾ ਉਪਦੇਸ਼ ਲੈ ਜਾ, ਦੋਨਾਂ 'ਚੋਂ ਕੀ ਲੈ ਕੇ ਜਾਣਾ ਫੈਸਲਾ ਕਰ ਲੈ। ਪੰਡ ਫਿਰ ਵੀ ਮਿਲ ਜਾਏਗੀ, ਚੋਰੀਆਂ ਹੋਰ ਜਗ੍ਹਾ 'ਤੇ ਕਰ ਲਏਗਾ, ਗੁਰੂ ਦਾ ਉਪਦੇਸ਼ ਨਹੀਂ ਮੁੜ ਕੇ ਮਿਲਣਾ, ਨਮਕ ਖਾ ਕੇ ਹਰਾਮ ਨਹੀਂ ਕਰਨਾ। ਉਹ ਪੰਡ ਬੰਨੀ ਕੋਈ ਛੱਡ ਗਿਆ, ਸਾਡੇ ਨਾਲੋਂ ਕਿੱਡਾ ਚੰਗਾ ਉਸ ਉਪਦੇਸ਼ ਲੈ ਗਿਆ। ਅਸੀਂ ਰੋਜ਼ ਗੁਰੂ ਘਰ ਆਉਂਦੇ ਹਾਂ ਅਤੇ ਅਸੀਂ ਉਪਦੇਸ਼ ਇੱਥੇ ਹੀ ਛੱਡ ਜਾਂਦੇ ਹਾਂ। ਸਮਾਂ ਹੋ ਗਿਆ, ਸਤਿਗੁਰੂ ਜੀ ਆਖਦੇ ਨੇ, ਕਹਿਣ ਲੱਗੇ
ਜਿਨ੍ਹਾਂ ਨੇ ਤੇਰੇ ਨਾਮ ਨੂੰ ਪਛਾਣ ਲਿਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਨਾਮ ਹੀ ਅਰਾਧਦੇ ਨੇ, ਨਾਮ ਹੀ ਚਟਪਦੇ ਨੇ, ਨਾਮ ਨਾਲ ਹੀ ਮਨ ਜੁੜਿਆ ਹੋਇਆ। ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾਂ। ਮੈਂ ਤਾਂ ਤੇਰੇ ਸੇਵਕ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨਾਮ ਨੂੰ ਮੰਗ ਲਿਆ, ਮੈਨੂੰ ਕਿਰਪਾ ਕਰ, ਉਹਨਾਂ ਦੀ ਸੇਵਾ ਬਖਸ਼, ਮੈਂ ਉਹਨਾਂ ਦੀ ਸੇਵਾ ਕਰਾਂ। ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ, ਮੇਰੇ 'ਤੇ ਕਿਰਪਾ ਕਰ, ਮੈਂ ਇਹੋ ਜਿਹੇ ਲੋਕਾਂ ਦੀ ਸੰਗਤ ਵਿੱਚ ਆਪਣਾ ਜੀਵਨ ਗੁਜ਼ਾਰਾਂ ਜਿਹੜੇ ਤੇਰੇ ਉਪਦੇਸ਼ ਦੀ ਕਮਾਈ ਕਰਦੇ ਨੇ। ਹੋ ਸਕਦਾ ਮੈਨੂੰ ਵੀ ਕਮਾਈ ਕਰਨ ਦਾ ਚਾਅ ਪੈਦਾ ਹੋ ਜਾਵੇ। ਗੁਰੂ ਕਿਰਪਾ ਕਰੇ ਕਿਤੇ ਆਪਾਂ ਇਹਨਾਂ ਬਚਨਾਂ 'ਤੇ ਪਹਿਰਾ ਦੇਈਏ, ਫਿਰ ਸਾਡਾ ਜੀਵਨ ਇਹ ਲੋਕ ਸੁਖੀਏ, ਪਰਲੋਕ ਸੋਹਲੇ। ਨਾਨਕ ਹਰ ਪ੍ਰਭਾਪੇ ਮੇਲੇ, ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।